ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਟ੍ਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਨ ਬੀ ਸਿੰਗਲ ਉਹ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਗੀ ਜੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨਾਂ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਕਰਦੇ ਆਂ ਅੱਜ 6 ਮਈ ਦਿਨ ਸ਼ਨੀਵਾਰ ਤੇ ਆਪਣੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰਿਆ ਜੀ ਮਲੌਰ ਸਟੂਡੀਓਸ ਤੋਂ ਮਿੰਟੂ ਜੀ ਨਿੱਗੀ ਜੀ ਆਏ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਜੀ ਸ਼ੁਕਰੀਆ ਜੀ ਰਾਜਕਰਮਵੀ ਸਿੰਘ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਤਿਉ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿੰਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ ਇਸ ਇਨਾਮ ਨਾਲ ਕ੍ਰਿਸ਼ਨ ਤਨੋਤਾ ਜੀ ਯੂਬਾ ਸਿਟੀ ਤੋਂ ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੇਲਾ ਤੋਂ ਜੱਸੀ ਗਿੱਲ ਪਲੰਮਿੰਗ ਵਾਲੇ ਬੇਕਰਸਫੀਲਡ ਤੋਂ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਸੀਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਹ ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ ਅ ਮਿੰਟੂ ਜੀ ਗੱਲਬਾਤ ਦਾ سلسلہ ਆਪਾਂ ਸ਼ੁਰੂ ਕਰਦੇ ਹਾਂ ਵੀ ਦਿੱਲੀ ਵਿੱਚ ਕੰਟੇਨਰ ਚੋਂ ਰਸਾਇਣ ਦਾ ਰਸਾਅ ਹੋਇਆ 300 ਵਿਦਿਆਰਥਣਾਂ ਹਸਪਤਾਲ ਪਹੁੰਚੀਆਂ ਬੜਾ ਇੱਕ ਵਾਰੀ ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਰਾਜਕਰਨਬੀਰ ਸਿੰਘ ਜੀ ਜਦੋਂ ਸਾਡੇ ਕੁ 10 ਵਜੇ ਘਟਨਾ ਵਾਪਰੀ ਲੋਕੀ ਸਨ ਹੋ ਗਏ ਇੱਕ ਵਾਰੀ ਕਿਉਂਕਿ ਸਾਡੇ ਇੱਥੇ ਭੋਪਾਲ ਗੈਸ ਤਰਸ ਦੀ ਤੁਹਾਨੂੰ ਪਤਾ ਉਹ ਜਦੋਂ ਚੇਤਿਆਂ ਚਾਉਂਦੀ ਆ ਨਾ ਤੇਰੂਆਂ ਨੂੰ ਕੰਬਾ ਲਾ ਦਿੰਦੀ ਆ ਉਸ ਕਰਕੇ ਕਿਉਂਕਿ ਇੱਥੇ ਅੱਗੇ ਵੀ ਇਸ ਤਰ੍ਹਾਂ ਦੇ ਰਿਸਾਅ ਹੋਏ ਆ ਸਾਰੇ ਲੋਕ ਹਫੜਾ ਦਫੜੀ ਦੇ ਵਿੱਚ ਪੈ ਗਏ ਕਿ ਕੀ ਬਣ ਗਿਆ ਪਰ ਬਾਅਦ ਦੇ ਵਿੱਚ ਖੁਸ਼ਕਿਸਮਤੀ ਤੇ ਖੁਸ਼ਗਵਾਰ ਗੱਲ ਇਹ ਰਹੀ ਕਿ ਉਹ ਜਿਹੜੀਆਂ 300 ਬੱਚੀਆਂ ਸਨ ਉਹਨਾਂ ਦੇ ਵਿੱਚੋਂ ਸਾਰੀਆਂ ਹੀ ਜਿਹੜੀਆਂ ਉਹ ਸਹੀ ਸਲਾਮਤ ਜਿਹੜੀਆਂ ਆਪਣੇ ਘਰਾਂ ਨੂੰ ਚਲੇ ਗਈਆਂ ਉਹਨਾਂ ਚੋਂ ਕੁਝ ਕੁ ਨੇ ਜਿਹੜੀਆਂ ਹਾਲੇ ਵੀ ਜੇਰੇ ਇਲਾਜ ਆ ਅਸਲ ਦੇ ਵਿੱਚ ਇਹ ਇੱਕ ਤੁਗਲਕਾਬਾਦ ਇਲਾਕੇ ਦੇ ਵਿੱਚ ਸਕੂਲ ਸੀ ਸਕੂਲ ਦੇ ਵਿੱਚ ਬੱਚੀਆਂ ਪੜ੍ਹਦੀਆਂ ਸਨ ਤੇ ਸਕੂਲ ਦੇ ਨਾਲ ਹੀ ਐਕਸਾਈਜ਼ ਵਿਭਾਗ ਦਾ ਜਿਹੜਾ ਐਕਸਾਈਜ਼ ਵਿਭਾਗ ਕਹੋ ਜਾਂ ਨਾਲ ਕਸਟਮ ਵਿਭਾਗ ਵੀ ਆ ਜਾਂਦਾ ਇਨਾ ਦਾ ਗਡੌਂਡ ਸੀ ਉੱਥੇ ਕੰਟੇਨਰ ਆ ਕੇ ਲੱਗਦੇ ਜੋ ਮਾਲ ਪੱਤਾ ਲੈ ਆਉਂਦੇ ਆ ਸੋ ਉੱਥੇ ਕੋਈ ਕੰਟੇਨਰ ਆਇਆ ਕੰਟੇਨਰ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਰਸਾ ਹੋਇਆ ਰਸਾਇਣਿਕ ਰਸਾ ਜਿਹਦੇ ਨਾਲ ਉਹ ਨਾਲ ਲਗਵਾ ਜਿਹੜਾ ਸਕੂਲ ਸੀ ਉੱਚ ਪੇਟ ਦੇ ਵਿੱਚ ਆ ਗਿਆ ਵਿਦਿਆਰਥਣਾ ਜਿਹੜੀਆਂ ਸੀ ਬੱਚੀਆਂ ਜਿਹੜੀਆਂ ਸੀ ਉਹ ਇੱਕ ਇੱਕ ਕਰਕੇ ਕਰਕੇ ਬੇਹੋਸ਼ ਹੁੰਦੀਆਂ ਗਈਆਂ ਹਫੜਾ-ਦਫੜੀ ਮਚ ਗਈ ਫਿਰ 300 ਡਿਗਰੀ ਬੱਚਿਆਂ ਨੂੰ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਪਿਆ ਪਰ ਜੋ ਹੁਣ ਤੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਆ ਕਿ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਕਿਹੜਾ ਰਸਾਇਣ ਸੀ ਜਿਹੜਾ ਰਿਸਾਅ ਹੋਇਆ ਦੂਜੀ ਗੱਲ ਇਹ ਆ ਕਿ ਉੱਥੋਂ ਕੁਝ ਹੋਂਦਾਂ ਹੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਇੱਕ ਤੇ ਇਹ ਆ ਕਿ ਉਹਨਾਂ ਦੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਸੀ ਕਿ ਜੇ ਇਸ ਤਰ੍ਹਾਂ ਦੀ ਕੋਈ ਸੂਰਤਿ ਹਾਲ ਬਣ ਜਾਂਦੀ ਹੈ ਤਾਂ ਉਸ ਸਥਿਤੀ ਦੇ ਵਿੱਚ ਇਹਨਾਂ ਦੇ ਕੋਲੇ ਕੀ ਕੀ ਉਪਰਾਲੇ ਆ ਕੀ ਕੁਝ ਇਹ ਕਰ ਸਕਦੇ ਰੋਕtham ਵਾਸਤੇ ਇਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਸਟਾਫ ਸੀ ਉਹਨਾਂ ਨੂੰ ਖੁਦ ਨਹੀਂ ਸੀ ਪਤਾ ਲੱਗ ਰਿਹਾ ਐਕਸਾਈਜ ਜਿਹੜਾ ਕਸਟਮ ਵਿਭਾਗ ਦਾ ਸਟਾਫ ਸੀ ਉਹ ਖੁਦ ਆਪ ਦੁਬਿਧਾ ਦਾ ਸ਼ਿਕਾਰ ਹੋਇਆ ਪਿਆ ਸੀ ਕਿ ਉਹ ਕੀ ਕਰੀਏ ਦੂਜੀ ਸਭ ਤੋਂ ਵੱਡੀ ਹੁਣ ਤਾਂ ਹੀ ਇਹ ਸਾਹਮਣੇ ਆ ਰਹੀ ਹੈ ਕਿ ਜਿਸ ਕੰਟੇਨਰ ਚੋਂ ਇਹ ਲੀਕਜ ਹੋਈ ਆ ਉਸ ਕੰਟੇਨਰ ਦੇ ਵਿੱਚ ਕਿਹੜਾ ਰਸਾਇਣਕ ਪਦਾਰਥ ਸੀ ਉਹਦਾ ਕੋਈ ਉੱਤੇ ਸਟicker ਕੋਈ ਜੇਪੀ ਕੋਈ ਨਾਂ ਹੀ ਨਹੀਂ ਹੁਣ ਕੀ ਪਤਾ ਉਹਦੇ ਵਿੱਚ ਕੀ ਆ ਜੀ ਇਹ ਇੱਕ ਬੜੀ ਵੱਡੀ ਭੋਲਿਆ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਉਥੋਂ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇੱਥੇ ਵੀ ਜਿੱਦਾਂ ਸਾਡੇ ਰੈਫਾਇਨਰੀ ਵਾਲਾ ਮਸਲਾ ਨਿਕਲਦਾ ਪਿਆ ਗੁੰਡਾ ਟੈਕਸ ਲੈਂਦੇ ਆ ਕੁਝ ਲੋਕ ਉਥੋਂ ਵੀ ਇਹੋ ਜਿਹੀ ਖਬਰ ਆ ਰਹੀ ਹੈ ਕੀ ਐਕਸਾਈਜ ਐਂਡ ਕਸਟਮ ਵਿਭਾਗ ਦੇ ਉਸ ਗਰਾਉਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਕੰਟੇਨਰ ਇੱਕ ਬਿਲਟੀ ਤੇ 10-10 ਵੀ ਆਈ ਜਾਂਦੇ ਆ ਔਰ ਇਹ ਸਭ ਕੁਝ ਹੈ ਜਿਹੜਾ ਮਾਫੀਆ ਦੀ ਦੇਖ ਰੇ ਕਿ ਚੱਲੀ ਜਾਂਦਾ ਉੱਥੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਉਹ ਜਿਹ ਮੈਂ ਤੁਹਾਨੂੰ ਦੱਸ ਦਿਆਂ ਸਾਡਾ ਭਾਰਤ ਹੈ ਜਿਹੜਾ ਉਹ ਘਟਾਵਾਂ ਨੂੰ ਭੁੱਲਦਾ ਬਹੁਤ ਜਲਦੀ ਹੈ 2010 ਦੇ ਵਿੱਚ ਵੀ ਇੱਥੇ ਏਸ਼ੀਆ ਦੀ ਜਿਹੜੀ ਸਭ ਤੋਂ ਵੱਡੀ ਸਕ੍ਰੈਪ ਮੰਡੀ ਹੈ ਮਾਇਆਪੁਰ ਦੀ ਉੱਥੇ ਵੀ ਖਤਰਨਾਕ ਰੇਡੀਅਮ ਜਿਹੜਾ ਸੀਗਾ ਉਹ ਮਿਲਿਆ ਸੀਗਾ ਔਰ ਕਮਾਲ ਦੀ ਗੱਲ ਇਹ ਆ ਕਿ ਉਦੋਂ ਪਹਿਲਾਂ ਤੇ ਪਤਾ ਹੀ ਨਹੀਂ ਲੱਗਾ ਗੱਲ ਹੀ ਕਿਸੇ ਨੇ ਗੌਲੀ ਨਹੀਂ ਜਦੋਂ ਬਾਅਦ ਦੇ ਵਿੱਚ ਜਾਂਚ ਪੜਤਾਲ ਹੋਈ ਤੇ ਉਹ ਕੋਬਾਲਟ 60 ਸੀਗਾ ਆ ਜਿਹੜਾ ਕਿ ਕੈਂਸਰ ਦੀਆਂ ਬਿਮਾਰੀਆਂ ਦੇ ਵਿੱਚ ਇਲਾਜ ਲਈ ਰਸਾਇਣ ਵਰਤਿਆ ਜਾਂਦਾ ਉਹ ਰੇਡੀਅਮ ਜਿਹੜਾ ਕੰਮ ਹੁੰਦਾ ਸੋ ਉਹ ਜੇਕਰ ਜੇਕਰ ਉਹ ਜਿਆਦਾ ਮਾਤਰਾ ਚ ਹੁੰਦਾ ਜੇ ਉਹਦਾ ਇਸ ਤਰ੍ਹਾਂ ਦਾ ਕੋਈ ਮਾਰੂ ਪ੍ਰਭਾਵ ਪੈ ਜਾਂਦਾ ਤੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਸ ਸਮੇਂ ਵਿੱਚ ਫੇਰ ਜਾ ਸਕਦੇ ਸੀਗੇ ਉਦੋਂ ਵੀ ਜਾਂਚ ਪੜਤਾਲ ਨਹੀਂ ਹੋਈ ਤੇ ਜਾਂਚ ਪੜਤਾਲ ਦੀ ਉਮੀਦ ਹੁਣ ਵੀ ਨਹੀਂ ਪਰ ਇਹ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਉਹ ਰਸਾਇਣ ਪਦਾਰਥ ਜਿਹੜਾ ਜਰਿਸਿਆ ਉਹ ਕਿਹੜਾ ਸੀ ਦੂਸਰਾ ਇਹ ਹੈ ਕਿ ਊਨਤਾਈਆਂ ਲਈ ਔਰ ਲਾਪਰਵਾਹੀਆਂ ਲਈ ਕਿ ਇਥੋਂ ਤੱਕ ਕਿ ਲੋਕਾਂ ਨੂੰ ਸੈਂਕੜੇ ਲੋਕਾਂ ਨੂੰ ਮੌਤੇ ਮੂੰਹ ਤੱਕ ਲਿਜਾਣ ਵਾਲੇ ਲੋਕ ਕਿਹੜੇ ਸੀ ਉਨਾ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੂੰ ਜੀ 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 ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਕਸ਼ਮੀਰੀ ਪੱਥਰਵਾਜ਼ਾਂ ਨਾਲ ਸਾਧੂ ਦੇ ਪੱਥਰਵਾਜ਼ ਕਹਿੰਦੇ ਜੀ ਹੁਣ ਨਿਭਰਣਗੇ ਤੇ ਉਧਰ ਭਾਰਤ ਨੇ ਪਾਕਿਸਤਾਨ ਮਰੀਜ਼ਾਂ ਦੇ ਮੈਡੀਕਲ ਵੀਜ਼ੇ ਵੀ ਬੰਦ ਕਰ ਦਿੱਤੇ ਤਾਂ ਦੇਖੋ ਜਿਹੜੀ ਪੱਥਰਵਾਜ਼ਾਂ ਲਈ ਗੱਲ ਆ ਇਹ ਲੋਹੇ ਨੂੰ ਲੋਹਾ ਕੱਟਣ ਵਾਲਾ ਜਿਹੜਾ ਫਾਰਮੂਲਾ ਉੱਥੇ ਨਹੀਂ ਚੱਲਣਾ ਨੇ ਗੋਲੀ ਨਾਲ ਗੋਲੀ ਦਾ ਜਵਾਬ ਦੇ ਕੇ ਅੱਗੇ ਕਿਹੜਾ ਮਸਲਾ ਹੱਲ ਹੋ ਗਿਆ ਜੇ ਪੱਥਰ ਦਾ ਜਵਾਬ ਪੱਥਰ ਨਾਲ ਦਿਓਗੇ ਤੇ ਫਿਰ ਕਿਹੜਾ ਹੱਲ ਹੋ ਜਾਣਾ ਇਹ ਅਸਲ ਦੇ ਵਿੱਚ ਕੁਝ ਲੋਕ ਹੈ ਨਾ ਜਿਹੜੇ ਅੱਜ ਕੱਲ ਇੱਕ ਦੌੜ ਦੌੜ ਦੇ ਪਏ ਆ ਕਿ ਫਲਾਣੇ ਨਾਲੋਂ ਵੱਡਾ ਰਾਸ਼ਟਰਵਾਦੀ ਮੈਂ ਆ ਮੈਂ ਬਹੁਤ ਜ਼ਿਆਦਾ ਦੇਸ਼ ਭਗਤ ਆ ਇਹ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਉਹ ਭਾਵਨਾਵਾਂ ਦਾ ਵੇਗ ਕਹਿ ਲੋ ਜਾਂ ਸੁਰਖੀਆਂ 'ਚ ਰਹਿਣ ਦੀ ਇੱਕ ਚਾਹਤ ਕਹਿ ਲੋ ਇਹ ਸਭ ਕੁਝ ਚੱਲਦਾ ਪਿਆ ਅਸਲ ਦੇ ਵਿੱਚ ਕਾਨਪੁਰ ਦੇ ਵਿੱਚ ਇੱਕ ਧਾਰਮਿਕ ਸੰਸਥਾ ਹੈ ਜਨ ਸੇਵਾ ਉਹਦਾ ਇੱਕ ਮੁਖੀ ਹੈ ਚਤਨਿਆ ਮਹਾਪੁਰੀ ਉਹਨੂੰ ਕਹਿੰਦੇ ਆ ਹੂੰ ਉਹਨੇ ਆਪਣੀ ਫੌਜ ਬਣਾਈ ਉਹਦਾ ਨਾਂ ਰੱਖਿਆ ਜਨ ਸੈਨਾ ਹੁਣ ਸੈਨਾ ਤਾਂ ਹਰੇਕ ਦੇਸ਼ ਦੇ ਕੋਲ ਹੁੰਦੀ ਆ ਉਹਦੇ ਸਮਾਨਤਰ ਜਨ ਸੈਨਾ ਮੇਰੇ ਖਿਆਲ ਦੇ ਨਾਲ ਬਹੁਤ ਕਟਮੁਲਕਾ ਚ ਹੋਏਗੀ ਭਾਰਤ ਦੇ ਵੀਰਕਾਰਡ ਆਪਣੇ ਨਾਂ ਕਰੀ ਬੈਠਾ ਹੂੰ ਉਹਨੇ 1000 ਬੰਦੇ ਦੀ ਫੌਜ ਤਿਆਰ ਕਰ ਲਈ ਆ ਉਹ ਕਹਿੰਦਾ ਕਿ ਪ੍ਰਧਾਨ ਮੰਤਰੀ ਤੋਂ ਮੈਂ ਪੁੱਛ ਲਿਆ ਭਾਈ ਉਹਨੇ ਮੈਨੂੰ ਹਰੀ ਚੰਡੀ ਦੇ ਦਿੱਤੀ ਹੈ ਤੇ 7 ਤਰੀਕ ਨੂੰ ਤੜਕੇ ਅਸੀਂ ਲੈ ਕੇ ਲੈ ਕੇ ਭਾਰਤ ਮਾਤਾ ਦਾ ਨਾਮ ਅਸੀਂ ਉੱਤਰ ਨੂੰ ਵੰਨਗੀ ਪਾਦਨੀ ਹੈ ਤੇ ਉਹ ਕਹਿੰਦਾ ਕਿ ਜਦੋਂ ਪੱਥਰबाज ਪੱਥਰ ਮਾਰਨਗੇ ਅਸੀਂ ਬਰੋਬਰ ਉਹਨਾਂ ਦੇ ਪੱਥਰ ਮਾਰਾਂਗੇ ਔਰ ਇਸ ਪੱਥਰੋ ਪਥਰੀ ਹੋਈ ਖੇਡ ਦੇ ਵਿੱਚ ਉਹਨਾਂ ਨੂੰ ਅਸੀਂ ਆਸਾਨੀ ਨਾਲ ਫੜ ਕੇ ਫੌਜ ਦੇ ਹਵਾਲੇ ਕਰ ਦਿਆ ਕਰਾਂਗੇ ਉਹ ਕਹਿੰਦਾ ਕਿ ਤਾਂ ਬਹੁਤ ਸਿੰਪਲ ਹੈ ਸਾਡੇ ਲਈ ਔਰ ਬਾਕਾਇਦਾ ਉਹ ਕਹਿੰਦਾ ਕਿ ਅਸੀਂ ਟ੍ਰੇਨਿੰਗ ਦਿੱਤੀ ਹੋਈ ਹੈ ਆਪਣੇ ਜਿਹੜੇ ਜਨ ਸੈਨਾ ਦੇ ਸਾਡੇ ਸੈਨਿਕ ਆ ਔਰ ਉਹ ਪੱਥਰ ਜਿਹੜਾ ਮਾਰਦੇ ਆ ਉਹ ਬਹੁਤ ਮੈਂ ਨਿਸ਼ਾਨਾ ਵਿੰਨ ਕੇ ਮਾਰਦੇ ਤੇ ਨਿਸ਼ਾਨਾ ਉਹਨਾਂ ਦਾ ਖਾਲੀ ਨਹੀਂ ਜਾਂਦਾ ਤੇ ਉਹ ਕਹਿੰਦਾ ਕਿ ਪੱਥਰ ਵੀ ਅਸੀਂ ਕਸ਼ਮੀਰ ਤੋਂ ਨਹੀਂ ਲੈਣੇ ਪੱਥਰ ਵੀ ਅਸੀਂ ਟਰੱਕ ਭਰ ਕੇ ਨਾਲ ਜਾਣੇ ਆਪਦੇ ਤੇ ਲੋਕ ਕਹਿੰਦੇ ਆ ਕਿ ਟਰੱਕ ਦੇ ਉੱਤੇ ਕੋਈ ਜਿਹੜੇ ਇਹੋ ਜਿਹੇ 5-10 ਬੰਦੇ ਜਿਹੜੇ ਵਾਫਰ ਜੇ ਤੁਰੇ ਫਿਰਦੇ ਜਿਨ੍ਹਾਂ ਦਾ ਕੰਮ ਹੀ ਜ਼ਹਿਰ ਉਗਲਣਾ ਵੀ ਟਰੱਕ ਚ ਨੱਦ ਕੇ ਲੈ ਜੋ ਇਹਨਾਂ ਦਾ ਕੀ ਹੈ ਇੱਥੇ ਸੋ ਇਹ ਹੁਣ ਜਾ ਕੇ ਪੱਥਰਵਾਜ਼ ਉੱਤੇ ਕੀ ਗੋਲ ਖਿਲਾਉਂਦੇ ਆ ਇਹਨਾਂ ਨੂੰ ਕੋਈ ਰੋਕਦਾ ਕਿ ਨਹੀਂ ਰੋਕਦਾ ਇਹ ਤੇ ਵੇਖਣ ਵਾਲੀ ਗੱਲ ਹੋਏਗੀ ਪਰ ਮੈਂ ਸਮਝਦਾ ਕਿ ਦੇਖੋ ਇਸ ਤਰ੍ਹਾਂ ਦਾ ਜਿਹੜਾ ਕੋਈ ਕਦਮ ਚੁੱਕਿਆ ਗਿਆ ਤਾਂ ਉਹ ਰਾਜਕਰਨ ਵੀਰ ਸਿੰਘ ਜੀ ਇਹਨਾਂ ਦੀ ਕੂਟਨੀਤੀ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਗਲਤ ਰੰਗਤ ਦੇ ਕੇ ਗਾਂਕ ਮੰਤਰੀ ਮੰਚ ਤੇ ਪੇਸ਼ ਕਰ ਦੇਣਾ ਕਿ ਦੇਖੋ ਇੱਥੇ ਲੋਕ ਆ ਕੇ ਇਕੱਠੇ ਹੋ ਕੇ ਭਾਰਤ ਦੇ ਆਮ ਨਾਗਰਿਕ ਹੈ ਜਿਹੜੇ ਉਹ ਕਸ਼ਮੀਰੀਆਂ ਤੇ ਆ ਕੇ ਪੱਥਰ ਮਾਰਨ ਦੇ ਆ ਗੱਲ ਫਿਰ ਦੂਜੇ ਪਾਸੇ ਨੂੰ ਤੁਰ ਪੈਣੀ ਆ ਇਹਨਾਂ ਨੂੰ ਰੋਕਣਾ ਚਾਹੀਦਾ ਜੇ ਪ੍ਰਧਾਨ ਮੰਤਰੀ ਤੋਂ ਜਿਵੇਂ ਉਹ ਕਹਿ ਰਿਹਾ ਕਿ ਮੈਂ ਪ੍ਰਧਾਨ ਮੰਤਰੀ ਤੋਂ ਇਜਾਜ਼ਤ ਲੈ ਲਈ ਹੈ ਮੈਨੂੰ ਹਰੀ ਚੰਡੀ ਮਿਲ ਗਈ ਅਸੀਂ ਤੜਕੇ ਰਵਾਨਾ ਹੋ ਜਾਣਾ ਜੇ ਇਸ ਤਰ੍ਹਾਂ ਦੀ ਇਜਾਜ਼ਤ ਮਿਲੀ ਇਹਨੂੰ ਫੌਰੀ ਤੌਰ ਤੇ ਰੱਦ ਕਰਨਾ ਚਾਹੀਦਾ ਔਰ ਇਹੋ ਜੀ ਇਜਾਜ਼ਤ ਦੇਣੀ ਵੀ ਨਹੀਂ ਚਾਹੀਦੀ ਜਦੋਂ ਫੌਜ ਆ ਉਥੇ ਪੁਲਿਸ ਆ ਸਿਕਿਉਰਿਟੀ ਫੋਰਸਸ ਲੜ ਰਹੀਆਂ ਨੇ ਸਾਰਾ ਕੁਝ ਚੱਲਦਾ ਪਿਆ ਸੋ ਉਹ ਜਿਹੜੀ ਲੜਾਈ ਹੈ ਉਹ ਆਪਣੇ ਪੱਧਰ ਤੇ ਚੱਲਦੀ ਰਹਿਣੀ ਚਾਹੀਦੀ ਹੈ ਠੀਕ ਹੈ ਉਹ ਲੜਨੀ ਪੈ ਰਹੀ ਹੈ ਮਜਬੂਰੀ ਹੈ ਉਧਰੋਂ ਵੀ ਇਧਰੋਂ ਵੀ ਪਰ ਆਹ ਵਿੱਚ ਤੂੰ ਕੌਣ ਅਖੇ ਮੈਂ ਖਾ ਖਾ ਆ ਜਿਹੜੇ ਖਾਮ ਖਾ ਲਿਆ ਇਹਨਾਂ ਨੂੰ ਰੋਕਣਾ ਚਾਹੀਦਾ ਉਹ ਜਿਹੜੀ ਗੱਲ ਤੁਸੀਂ ਉਹ ਮੈਡੀਕਲ ਵੀਜ਼ਾ ਵਾਲੀ ਕੀਤੀ ਉਹ ਹੈਰਾਨ ਕਰਦੀ ਹੈ ਆ ਦੇਖੋ ਰਾਜਕਰਨ ਵੀਰ ਸਿੰਘ ਜੀ ਜਦੋਂ ਯੁੱਧ ਹੁੰਦੇ ਆ ਤੇ ਉਦੋਂ ਵੀ ਤੇ ਫਰਸਟ ਏਡ ਵਾਲੇ ਨਾਲ ਨਾਲ ਤੁਰੇ ਫਿਰਦੇ ਨੇ ਡਾਕਟਰ ਤੁਰੇ ਫਿਰਦੇ ਆ ਸਾਡਾ ਭਾਈ ਕਨਈਆ ਜੀ ਕੀ ਕਰਦੇ ਸਨ ਉਹ ਯੁੱਧ ਦੇ ਵਿੱਚ ਜ਼ਖਮੀਆਂ ਦੀ ਮਲਮ ਪੱਟੀ ਕਰਦੇ ਸਨ ਸੋ ਇਹ ਜਿਹੜੀ ਇੱਕ ਯੁੱਧ ਦੇ ਵਿੱਚ ਲੜਾਈ ਦੇ ਵਿੱਚ ਇੱਕ ਇਹ ਜਿਹੜੀ ਮਨੁੱਖਤਾ ਦੀ ਸੇਵਾ ਹੈ ਉਹ ਬੰਦ ਨਹੀਂ ਕਰਨੀ ਚਾਹੀਦੀ ਮੈਂ ਐਸਾ ਹੱਕ ਦੇ ਵਿੱਚ ਨਹੀਂ ਜ਼ਿਆਤੀ ਤੌਰ ਤੇ ਚਾਹੇ ਪਾਕਿਸਤਾਨ ਬੇਸ਼ੱਕ ਵਧੀਆਂ ਕਰਦਾ ਹੈ ਚੜੋਖਤੀਆਂ ਕਰਦਾ ਹੈ ਪਰ ਜਿਹੜੇ ਬੰਦੇ ਬਿਮਾਰ ਆ ਜਿਨ੍ਹਾਂ ਨੂੰ ਸਹਾਰਾ ਕਿਉਂਕਿ ਭਾਰਤ ਦੇ ਵਿੱਚ ਇਲਾਜ ਸਸਤਾ ਹੈ ਜਿਹੜੇ ਲੋਕਾਂ ਨੂੰ ਸਹਾਰਾ ਇੱਥੋਂ ਦਾ ਉਹਨਾਂ ਮਰੀਜ਼ਾਂ ਦਾ ਕੋਈ ਦੋਸ਼ ਨਹੀਂ ਕੋਈ ਕਸੂਰ ਨਹੀਂ ਮੇਰੇ ਖਿਆਲ ਦੇ ਨਾਲ ਏਡੀ ਤੰਗ ਦੇ ਲਈ ਭਾਰਤ ਨੂੰ ਨਹੀਂ ਵਿਖਾਉਣੀ ਚਾਹੀਦੀ ਕਿ ਬਿਮਾਰਾਂ ਲਈ ਵੀ ਤੁਸੀਂ ਰਸਤੇ ਬੰਦ ਕਰ ਦਿਓ ਵਿਦਿਆਰਥੀਆਂ ਲਈ ਵੀ ਰਸਤੇ ਬੰਦ ਕਰ ਦਿਓ ਕਲਾਕਾਰਾਂ ਲਈ ਤੇ ਖੈਰ ਹੈ ਹੀ ਆ ਵਪਾਰ ਵੀ ਤੁਹਾਡਾ ਠੱਪ ਪਿਆ ਚਲੋ ਦੂਜੀਆਂ ਗਤੀਵਿਧੀਆਂ ਤਾਂ ਹੋਈਆਂ ਖੇਡਾਂ ਵਗੈਰਾ ਇਹ ਸਭ ਕੁਝ ਠੀਕ ਠਾਕ ਪਰ ਆ ਜਿਹੜਾ ਤੁਸੀਂ ਕਰ ਰਹੇ ਹੋ ਕਿ ਤੁਸੀਂ ਮਰੀਜ਼ਾਂ ਲਈ ਵੀ ਬੋਟ ਦੋ ਇਹ ਮੇਰੇ ਖਿਆਲ ਦੇ ਨਾਲ ਗਲਤ ਜੀ ਗੱਲਿਆ ਹੂੰ ਜੀ ਜੀ ਬਿਲਕੁਲ ਬਿਲਕੁਲ ਅ ਮਿੰਟੂ ਜੀ ਅਗਲੀ ਗੱਲਬਾਤ ਕਰਦੇ ਆਂ ਵੀ ਭਾਜਪਾ ਦੀ ਜਿਹੜੀ ਸ਼ਹਿਰੀ ਤਰਜਾ ਬੰਦੀ ਆ ਉਸ ਦੇ ਉੱਤੇ ਸ਼ਿਵ ਸੈਨਾ ਨੇ ਹੀ ਸਵਾਲ ਚੁੱਕਿਆ ਕਈਆਂ ਨੇ ਇਹ ਇਹਨਾਂ ਨੂੰ ਲੱਗ ਰਿਹਾ ਵੀ ਸਿਰਫ ਭਾਜਪਾ ਵਾਲੇ ਸ਼ਹਿਰੀ ਉੱਤੇ ਨੂੰ ਗਏ ਗੱਲ ਰਾਜਕਰਨ ਵੀਰ ਸਿੰਘ ਜੀ ਇਹ ਆ ਕਿ ਸ਼ਿਵ ਸੈਨਾ ਦੀ ਅਸੀਂ ਰਾਜਨੀਤੀ ਨੂੰ ਕਿਸੇ ਵੀ ਕਸੌਟੀ ਤੇ ਤੋਲ ਕੇ ਅਸੀਂ ਅਲੋਚਨਾ ਕਰ ਸਕਦੇ ਹਾਂ ਅਸੀਂ ਕਈ ਉਹਨਾਂ ਦੀਆਂ ਚੀਜ਼ਾਂ ਦੇ ਨਾਲ ਬੇਤਬਾਕੀ ਰੱਖ ਸਕਦੇ ਹਾਂ ਅਸੀਂ ਉਹਨਾਂ ਨਾਲ ਅਸਹਿਮਤੀ ਰੱਖ ਸਕਦੇ ਹਾਂ ਪਰ ਇੱਕ ਚੀਜ਼ ਦੀ ਦਾਤ ਦੇਣੀ ਪਊ ਉਹ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਖੰਭ ਠੱਪੀ ਰੱਖਦੇ ਆ ਜੀ ਕਿਸੇ ਵੀ ਮੁੱਦੇ ਤੇ ਉਹ ਬੋਲਣ ਲੱਗੇ ਫਿਰ ਅੱਗਾ ਪਿਛਾ ਨਹੀਂ ਵਿੰਦੇ ਤੇ ਸਵਾਰ ਕੇ ਬੋਲਦੇ ਆ ਤੇ ਜਦੋਂ ਬੋਲਦੇ ਆ ਤੇ ਫਿਰ ਨਰਿੰਦਰ ਮੋਦੀ ਹਰੀਆ ਕੋਨੀ ਬੋਲਦੇ ਆ ਇਹ ਸਿਫਤ ਕਰਨੀ ਪਊ ਚਾਹੇ ਨੋਟਬੰਦੀ ਚਾਹੇ ਸਰਜਿਕਲ ਸਟ੍ਰਾਈਕ ਚਾਹੇ ਆ ਜਿਹੜਾ ਹੁਣ ਪਿੱਛੇ ਜੇ ਹਮਲਾ ਹੋਇਆ ਅਤੇ ਉਹਦੇ ਨਾਲ ਗੈਰ ਮਨੁੱਖੀ ਵਰਤਾਰਾ ਜਿਹੜਾ ਵਰਤਾਇਆ ਗਿਆ ਭਾਰਤੀ ਫੌਜੀਆਂ ਦੇ ਨਾਲ ਇਹ ਸਾਰੇ ਜਿਹੜੇ ਮਸਲੇ ਹੁਣ ਇਹਨਾਂ ਤੇ ਸ਼ਿਵ ਸੈਨਾ ਖੁੱਲ ਕੇ ਬੋਲਦੀ ਹੈ ਅੱਜ ਵੀ ਉਹਨਾਂ ਨੇ ਖੁੱਲ ਕੇ ਬੋਲਿਆ ਖੁੱਲ ਕੇ ਬੋਲਿਆ ਕਹਿ ਲਓ ਖੁੱਲ ਕੇ ਲਿਖਿਆ ਕਹਿ ਲਓ ਕਿਉਂਕਿ ਉਹਨਾਂ ਦਾ ਇੱਕ ਆਪਦਾ ਅਖਬਾਰ ਹੈ ਸਾਹਮਨਾ ਜਿਹੜਾ ਬਾਲ ਠਾਕਰੇ ਦੇ ਵੇਲੇ ਤੋਂ ਚੱਲਦਾ ਆਉਂਦਾ ਉਹ ਸਾਹਮਣਾ ਦੇ ਵਿੱਚ ਉਹਨਾਂ ਨੇ ਜਿਹੜੀ ਸੰਪਾਦਕੀ ਲਿਖੀ ਹੈ ਸਿੱਧੇ ਤੌਰ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਉਹ ਕਹਿੰਦੇ ਆ ਕਿ ਜਿਹੜੀ ਦਰਜਾਬੰਦੀ ਹੈ ਦਰਜਾਬੰਦੀ ਵੀ ਜਿਹੜੀ ਹੈ ਉਹ ਸਹੀ ਨਹੀਂ ਲੱਗਦੀ ਕਿ ਜਿਹੜੇ ਮਾਪਦੰਡਿਆ ਦਰਜਾਬੰਦੀ ਦੇ ਰੇਟਿੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਉਹ ਰੇਟਿੰਗ ਦਾ ਜਿਹੜਾ ਇਹਨਾਂ ਨੇ ਪੈਮਾਨਾ ਬਣਾਇਆ ਉਹ ਪੈਮਾਨਾ ਕਿਤੇ ਨਾ ਕਿਤੇ ਖੋਟਾ ਹੈ ਖਰਾ ਨਹੀਂ ਹੈ ਦੂਜੇ ਪਾਸੇ ਜੇ ਗੱਲ ਕਰੀਏ ਉਹ ਕਹਿੰਦੇ ਆ ਕਿ ਜਿਹੜੀ ਮੁੰਬਈ ਜਿਹੜੀ ਸਾਡੀ ਮੁੰਬਈ ਅੱਗੇ ਕਾਫੀ ਅੱਗੇ ਸੀਗੀ 10ਵੇਂ ਨੰਬਰ ਤੇ ਸੀ ਪਿਛਲੀ ਜਿਹੜੀ ਦਰਜਾਬੰਦੀ ਸੀ ਤੇ ਉਹ ਐਤਕੀ ਉਨਤਵੇਂ ਨੰਬਰ ਤੇ ਚੱਲੇ ਗਈ ਆ ਉਹ ਕਹਿੰਦੇ ਕਿ ਇਹਦੇ ਚ ਦੋਸ਼ ਹੈ ਜਿਹੜਾ ਉਹ ਸਰਕਾਰਾਂ ਦਾ ਮਿਊਨਿਸਪਲ ਕਮੇਟੀਆਂ ਦਾ ਜਦਕੇ ਸਾਡੀ ਜਿਹੜੀ ਮੁੰਬਈ ਹੈ ਉਹ ਸਾਫ ਸੁਥਰੀ ਹੈ ਇੱਥੇ ਗੰਦ ਜੇ ਪਾਉਂਦੇ ਆ ਤੇ ਉਹ ਬਾਹਰੀ ਲੋਕ ਆ ਕੇ ਪਾਉਂਦੇ ਆ ਬਾਹਰੀਆਂ ਤੇ ਉਹਨਾਂ ਨੇ ਵੈਸੇ ਇਹਨਾਂ ਕੋ ਨਿਸ਼ਾਨਾ ਕੱਸਣਾ ਹੁੰਦਾ ਉਹ ਕਹਿੰਦੇ ਕਿ ਮੁੰਬਈ ਸਾਫ ਸੁਥਰੀ ਹੈ ਪਰ ਬਾਹਰੀ ਲੋਕ ਆ ਕੇ ਗੰਦ ਬਹੁਤ ਪਾਉਂਦੇ ਆ ਹੁਣ ਜਿਹੜੀ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਉਹ ਵੀ ਬੜੀ ਸੋਚਣ ਵਿਚਾਰਨ ਵਾਲੀ ਆ ਉਹ ਕਹਿੰਦੇ ਕਿ ਅਰਬਾਂ ਕਰੋੜਾਂ ਰੁਪਈਆ ਮੋਦੀ ਸਰਕਾਰ ਨੇ ਸਵੱਛਤਾ ਮਹਿੰਮ ਤੇ ਖਰਚਿਆ ਉਹ ਕਰੋੜਾਂ ਰੁਪਈਆ ਅਰਬਾਂ ਰੁਪਈਆ ਆਖਿਰ ਜੇ ਖਰਚ ਹੋਇਆ ਤੇ ਸ਼ਹਿਰਾਂ ਦੇ ਵਿੱਚ ਸੁਧਾਰ ਕਿਉਂ ਨਹੀਂ ਆ ਰਿਹਾ ਮੈਂ ਇਸ ਗੱਲ ਦੇ ਨਾਲ ਬਿਲਕੁਲ ਇਤਿਫਾਕ ਰੱਖਦਾ ਮੈਂ ਮਤਫਕ ਐ ਇਸ ਚੀਜ਼ ਦੇ ਨਾਲ ਕਿ ਮੋਦੀ ਸਾਹਿਬ ਕਹਿੰਦੇ ਕਿ ਅਸੀਂ ਇੰਨਾ ਪੈਸਾ ਸਵੱਛ ਮਹਿੰਮ ਤੇ ਖਰਚ ਕਰ ਦਿੱਤਾ ਆ ਕੁਛ ਕਰ ਦਿੱਤਾ 스마트 시티 프로젝트 ਲੈ ਰਿਆ ਕਿ ਮਾੜਾ ਮੋਟਾ ਕੁਛ ਸੁਧਾਰ ਹੋਣਾ ਚਾਹੀਦਾ ਸੁਧਾਰ ਦਿਖ ਨਹੀਂ ਰਿਹਾ ਉਹ ਦਿਖ ਇਸ ਕਰਕੇ ਨਹੀਂ ਰਿਹਾ ਰਾਜਕਰਨ ਵੀਰ ਸਿੰਘ ਜੀ ਇਹ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਤੁਰਦੇ ਘਟੇ ਚਰਦੇ ਜਿਆਦਾ ਚਰਨ ਤੋਂ ਭਾਵੇਂ ਆ ਕਿ ਕੰਮ ਘਟ ਕਰਦੇ ਤੇ ਅਖਬਾਰਾਂ ਚ ਟੈਲੀਵਿਜ਼ਨਾਂ ਚ ਇਸ਼ਤਿਹਾਰ ਜਿਆਦਾ ਦੇ ਦਿੰਦੇ ਆ ਜਿੰਨੇ ਦਾ ਕੰਮ ਨਹੀਂ ਹੁੰਦਾ ਉਦੋਂ ਕਿਤੇ ਜਿਆਦਾ ਇਹ ਇਸ਼ਤਿਹਾਰਬਾਜ਼ੀ ਕਰ ਦਿੰਦੇ ਆ ਸੋ ਸ਼ਿਵਸੈਨਾ ਵਾਲਿਆਂ ਦਾ ਇਹ ਕਹਿਣਾ ਠੀਕ ਆ ਉਂਝ ਦਰਜਾਬੰਦੀ ਤੇ ਕਈ ਕਿਸਮ ਦੇ ਸਵਾਲ ਰਾਜਕਰਮਵੀਰ ਜੀ ਇੱਥੇ ਉੱਠਦੇ ਪਿਆ ਉਹ ਕਿਉਂ ਉੱਠਦੇ ਪਿਆ ਉਹਦਾ ਕਾਰਨ ਆ ਕਾਰਨ ਇਹ ਆ ਕਿ ਦੇਖੋ ਵਾਰਾਨਸੀ ਸੀਗੀ ਜਿਹੜੀ ਜਿਹੜੀ ਕਿ ਇਹਦੀ ਸੀਟ ਸੀਗੀ ਆਵਦੀ ਨਰਿੰਦਰ ਮੋਦੀ ਦੀ ਜਿਹਨੂੰ ਕਾਸ਼ੀਵੀ ਕਹਿੰਦੇ ਆ ਬਨਾਰਸ ਵੀ ਕਹਿੰਦੇ ਆ ਉਹ ਪਿਛਲੀ ਦਫਾ 418ਵੇਂ ਨੰਬਰ ਤੇ ਸੀ ਹੂੰ 418ਵੇਂ ਤੇ ਜਾਨੀ ਜਿੰਨੇ ਭਾਰਤ ਦੇ ਗੰਦੇ ਸ਼ਹਿਰ ਸੀ ਉਹਨਾਂ ਦੇ ਵਿੱਚੋਂ ਵਾਰਾਨਸੀ ਇੱਕ ਸੀ ਤੇ ਐਤਕੀ ਜਿਹੜੀ ਉਹਦੀ ਦਰਜਾਬੰਦੀ ਆ ਉਹਦੇ 'ਚ ਰੇਟਿੰਗ ਹੈ ਜਿਹੜੀ ਉਹ ਬਤਵੇਂ ਨੰਬਰ ਤੇ ਆ ਹੁਣ ਤੁਸੀਂ ਭਾਰਤ ਦੇ ਵਿੱਚ ਇਸ ਤਰ੍ਹਾਂ ਸਵਿਕਾਰ ਕਰ ਸਕਦੇ ਹੋ ਕਿ ਇੱਕ ਸ਼ਹਿਰ ਇੱਕ ਸਾਲ ਦੇ ਅੰਦਰ ਅੰਦਰ 418ਵੇਂ ਨੰਬਰ ਤੋਂ ਉੱਠ ਕੇ ਬਤਵੇਂ ਨੰਬਰ ਤੇ ਆ ਜੇ ਉਹ ਲੋਕ ਮਜ਼ਾਕ ਉਡਾਉਂਦੇ ਪਿਆ ਉਹ ਕਹਿੰਦੇ ਕਿ ਜਿਹੜੀ ਰੇਟਿੰਗ ਤੁਸੀਂ ਕੱਢਦੇ ਹੋ ਕਿਤੇ ईवीएम ਮਸ਼ੀਨਾਂ ਰਾਈਦੇ ਨਹੀਂ ਕੱਢਦੇ ਹੂੰ ਕਿਤੇ ਇਹ ਵੀ ईवीएम ਮਸ਼ੀਨਾਂ ਰਾਈ ਤੋਂ ਲੈਂਦੇ ਹੋ ਤੁਸੀਂ ਕਿਉਂਕਿ ਜਾਪਦਾ ਤਾਂ ਉਹ ਹੀ ਕੁਛ ਆ ਕਿ ਇੱਕ ਸ਼ਹਿਰ ਵਾਰਾਨਸੀ ਜੀ ਉੱਥੇ ਜਾ ਕੇ ਦੇਖਦੇ ਆ ਤੇ ਗੰਧ ਉਹਨੇ ਦਾ ਉਹਨਾ ਹੀ ਆ ਪਰ ਜੇ ਤੁਹਾਡੀ ਰੇਟਿੰਗ ਦੇਖਦੇ ਆ ਤੇ ਬੰਦੇ ਦੀ ਅੱਖਾਂ ਹੀ ੱਡੀਆਂ ਰਹਿ ਜਾਂਦੀਆਂ ਉੰਜ ਇੱਥੇ ਸਾਡੇ ਵੀ ਰੌਲਾ ਪੈਂਡਿਆ ਆ ਇੱਥੇ ਪੰਜਾਬ ਦੇ ਵਿੱਚ ਵੀ ਕੁਝ ਸ਼ਹਿਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋਣ ਦੀ ਖਾਸ ਤੌਰ ਤੇ ਫਰੂਜ਼ਪੁਰ ਨੂੰ ਲੈ ਕੇ ਫਰੂਜ਼ਪੁਰ 222ਵੇਂ ਨੰਬਰ ਤੇ ਆਇਆ ਭਾਰਤ ਦੇ ਵਿੱਚੋਂ ਮੁਕਸਰ ਜਿਹੜਾ ਉਹਦੀ ਤੇ ਤੁਹਾਨੂੰ ਮਕਾਲੀ ਕਹਾਣੀ ਦਸੀ ਸੀ 492 ਨੰਬਰ ਤੇ ਆ ਪਰ ਮੁਕਸਰ ਤੇ ਫਿਰੋਜ਼ਪੁਰ ਨੂੰ ਜਿਹੜਾ ਬੰਦਾ ਕਰੀਬਿਓਂ ਦੇਖਦਾ ਨੇੜਿਓਂ ਦੇਖਦਾ ਉਹਨੂੰ ਪਤਾ ਕਿ ਮੁਕਸਰ ਜਿਹੜਾ ਫਿਰੋਜ਼ਪੁਰ ਦੇ ਨਾਲੋਂ ਕੁਛ ਨਾ ਕੁਛ ਅੱਗੇ ਆ ਫਿਰੋਜ਼ਪੁਰ ਦੇ ਵਿੱਚ ਮੁਕਸਰ ਦੇ ਨਾਲੋਂ ਵੀ ਮੰਦਾ ਹਾਲ ਐ ਸਫਾਈ ਪੱਖੋਂ ਤੇ ਉੱਥੇ ਉਹ ਸ਼ਹਿਰ ਨੂੰ ਇਨਾਮ ਵੀ ਮਿਲ ਗਿਆ ਉਹਨਾਂ ਇਨਾਮ ਦੇਣ ਵਾਲੇ ਵੀ ਉਹੀ ਸਨ ਕੋਥੇ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਆ ਨਾਮ ਉਥੇ ਵੀ ਦੇ ਦਿੱਤਾ ਗਿਆ ਸੋ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਦਰਜਾ ਬੰਦੀ ਨੂੰ ਲੈ ਕੇ ਪਰ ਮੇਰੇ ਖਿਆਲ ਦੇ ਨਾਲ ਇਹ ਦਰਜਾ ਬੰਦੀ ਇਹ ਰੇਟਿੰਗ ਸ਼ੀਟਿੰਗ ਇਹ ਸਾਰਾ ਕੁਝ ਜੇ ਇੱਕ ਪਾਸੇ ਰੱਖ ਦਈਏ ਤੇ ਅਸਲੀਅਤ ਇਹ ਆ ਕਿ ਜੋ ਦਾਅਵੇ ਕੀਤੇ ਜਾਂਦੇ ਆ ਉਹ ਉਹ ਦਾਅਵੇ ਜੇ ਧਰਤੀ ਤੇ ਆ ਕੇ ਵੇਖੀਏ ਉਹ ਦਾਅਵੇ खरे ਨਹੀਂ ਉਤਰਦੇ ਇਦੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਦੇਖੋ ਆ ਜਿਹੜੀਆਂ ਅੱਡ ਅੱਡ ਇਹਨਾਂ ਨੇ ਬਣਾਈਆਂ ਹੋਈਆਂ ਨੇ ਅਥਾਰਟੀਆਂ ਜਿੱਦਾਂ ਮੁਹਾਲੀ ਦੇ ਵਿੱਚ ਚਾਰ ਆ ਕਿਸੇ ਦੇ ਵਿੱਚ ਨਗਰ ਕਾਉਂਸਲ ਕਿਸੇ ਦੇ ਵਿੱਚ ਗਮਾਡਾ ਪੁੱਡਾ ਇਹ ਸਾਰੀਆਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤੋੜ ਕੇ ਕੋਈ ਇੱਕ ਅਥਾਰਟੀ ਬਣਾਉਣੀ ਚਾਹੀਦੀ ਆ ਔਰ ਕੋਈ ਵਿਕਾਸ ਦਾ ਮਾਡਲ ਹੋਣਾ ਚਾਹੀਦਾ ਇੱਥੇ ਕੀ ਹੈ ਰਾਜਕਰਨ ਵੀਰ ਸਿੰਘ ਜੀ ਪੈਸਾ ਆਉਂਦਾ ਵੀ ਹੈ ਸੜਕ ਬਣਦੀ ਆ ਸੜਕ ਬਣਾ ਕੇ ਉਹ ਜਾਂਦੇ ਆ ਤੇ ਪਿੱਛੇ ਨਾਲੀ ਬਣਾਉਣ ਵਾਲੇ ਆ ਜਾਂਦੇ ਆ ਉਹ ਸੜਕ ਤੋੜ ਘੱਦੇ ਆ ਨਾਲੀ ਬਣਦੀ ਹੈ ਤੇ ਪਿੱਛੇ ਟੈਲੀਫੋਨ ਵਾਲੀਆਂ ਤਾਰਾਂ ਪਾਉਣ ਵਾਲੇ ਆ ਜਾਂਦੇ ਆ ਉਹ ਨਾਲੀ ਤੋੜ ਘੱਦੇ ਆ ਜੇ ਇਹ ਸਾਰਾ ਕੁਝ ਹੁੰਦਾ ਹੈ ਜੇ ਇਹਦੇ ਲਈ ਇੱਕ ਤੈਅ ਕੀਤਾ ਜਾਵੇ ਮਾਪਦੰਡ ਤੈਅ ਕੀਤਾ ਜਾਵੇ ਕੁਝ ਮਾਨਕ ਤੈਅ ਕੀਤੇ ਜਾਣ ਕਿ ਇਕੱਠੇ ਹੋਣ ਔਰ ਇਸ ਤੋਂ ਇਲਾਵਾ ਸਫਾਈ ਵਿਵਸਥਾ ਜਿਹੜੀ ਉਹ ਕਿਸੇ ਨਾ ਕਿਸੇ ਅਥਾਰਟੀ ਦੇ ਲੇਖੇ ਲਈ ਜਾਵੇ ਜ਼ਿੰਮੇਵਾਰੀ ਉਹਦੀ ਤੈਅ ਕੀਤੀ ਜਾਵੇ ਕਿ ਜੇ ਸਫਾਈ ਜੇ ਤੁਸੀਂ ਨਹੀਂ ਕਰੋਗੇ ਤਾ ਤੁਹਾਡੇ ਤੇ ਕਾਰਵਾਈ ਯਕੀਨਨ ਹੋਏਗੀ ਹੋਏਗੀ ਕਿਉਂਕਿ ਇਹ ਸਮਝਾਉਣਾ ਜ਼ਰੂਰੀ ਹੈ ਲੋਕੀ ਇਹਦੇ ਲਈ ਟੈਕਸ ਪੇ ਕਰਦੇ ਆ ਜੇ ਸ਼ਹਿਰ ਗੰਦੇ ਆ ਇਹਦਾ ਮਤਲਬ ਕਿ ਹਾਕਮ ਗੰਦੇ ਆ ਕਿਉਂਕਿ ਸ਼ਹਿਰੀ ਟੈਕਸ ਦੇ ਰਹੇ ਆ ਤੁਸੀਂ ਬਦਲੇ ਦੇ ਵਿੱਚ ਢਾਂਚਾ ਨਹੀਂ ਦੇ ਰਹੇ ਇਹਦਾ ਮਤਲਬ ਹੈ ਕਿ ਤੁਹਾਡੇ ਚ ਕਾਹਨ ਤੁਹਾਡੇ ਚ ਕੋਟ ਆ ਜੀ ਜੀ ਬਾਕੀ ਮਿੰਟੂ ਜੀ ਜਿਹੜੀ ਤੁਸੀਂ ਗੱਲ ਕਹੀ ਸੀ ਵੀ 418 ਤੋਂ 32ਵੇਂ ਤੇ ਇਹ ਭਾਰਤ ਵਿੱਚ ਹੀ ਹੋ ਸਕਦਾ ਸ਼ਾਇਦ ਹੋਰ ਕਿਤੇ ਨਾ ਹੁੰਦਾ ਹੋਵੇ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਭਗਵੰਤ ਮਾਨ ਦੀ ਪ੍ਰਧਾਨਗੀ ਖਿਲਾਫ ਆਪਦੇ ਹੀ ਮੈਦਾਨ ਦੇ ਵਿੱਚ ਕਹਿੰਦੇ ਨੰਤਰ ਗਏ ਨੇ ਦੇਖੋ ਇੱਕ ਦਿਨ ਜਤਿੰਦਰ ਪੰਨੂ ਆਖੰਡਿਆ ਸੀ ਮੈਂ ਗੱਲ ਸੁਣਦਾ ਪਿਆ ਸੀ ਉਹ ਕਹਿੰਦਾ ਕਿ ਨੋਟ ਨਹੀਂ ਖੜਕਦੇ ਹੁੰਦੇ ਪੰਜਾ ਦੀ ਖੜਕਦੀ ਆ ਹੂੰ ਇਸ ਸਮੇ ਉਹੀ ਗੱਲ ਆਮ ਆਦਮੀ ਪਾਰਟੀ ਵਾਲਿਆਂ ਨਾਲ ਹੋਣ ਗਈ ਆ ਜੀ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਇੱਕ ਅੰਦਰੋਂ ਦੀ ਪੁਚਾਲ ਆ ਗਿਆ ਪਚਾਲ ਦੇ ਵਿੱਚ ਹਰੇਕ ਬੰਦਾ ਆਪਣਾ ਗੁੱਸਾ ਕੱਢਣਾ ਚਾਹੁੰਦਾ ਹੈ ਆਪਣਾ ਜਿਹੜਾ ਸਿਆਸੀ ਕੋਈ ਰੰਝ ਕੱਢਣਾ ਚਾਹੁੰਦਾ ਧਾਲਾ ਲਾਉਣਾ ਚਾਹੁੰਦਾ ਹਫੜਾ ਦਫੜੀ ਵਾਲਾ ਮਾਹੌਲ ਆ ਆਪੋ ਤਾਪੀ ਵਾਲਾ ਮਾਹੌਲ ਆ ਜਿਹੜਾ ਕਿਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਕਿਉਂ ਸਰਜੀਤ ਹੋਇਆ ਇਹਦੇ ਲਈ ਤੇ ਬਹੁਤ ਲੰਮੀ ਚੌੜੀ ਬਹਿਸ ਚਾਹੀਦੀ ਆ ਪਰ ਹਾਲ ਦੀ ਘੜੀ ਦੇਖੋ ਦਿੱਲੀ ਦਾ ਰੌਲਾ ਸਿਮਟਿਆ ਉੱਥੇ ਥੋੜੀ ਜੀ ਅੱਗ ਸ਼ਾਂਤ ਹੋਈ ਆ ਇੱਥੇ ਪੰਜਾਬ ਦੇ ਵਿੱਚ ਇਹ ਖਿੱਚ ਤੂ ਬਹੁਤ ਜ਼ਿਆਦਾ ਹੋ ਗਈ ਮੈਂ ਪਹਿਲਾਂ ਹੀ ਕਿਹਾ ਸੀ ਦਿੱਲੀ ਦੇ ਵਿੱਚ ਮਾਮਲਾ ਸੁੱਲਟ ਜਾਏਗਾ ਪਰ ਪੰਜਾਬ ਦੇ ਵਿੱਚ ਜਿਹੜਾ ਤੁਕੇਗਾ ਉਹ ਭੰਬੜ ਬਣ ਸਕਦਾ ਉਹੀ ਕੁਝ ਹੋਣ ਡਿਆ ਦੇਖੋ ਪਹਿਲਾਂ ਗੁਰਪ੍ਰੀਤ ਸਿੰਘ ਵੜੈਚ ਤੇ ਗੁੱਸਾ ਕੱਢਿਆ ਗਿਆ ਉਹਦੇ ਖਿਲਾਫ ਲੰਬੰਦੀ ਹੋਈ ਗੁਰਪ੍ਰੀਤ ਸਿੰਘ ਵੜੈਚ ਏਡਾ ਸੌਬੰਧਾ ਉਹ ਹਲੇ ਵੀ ਕਹੀ ਜਾਂਦਾ ਕਹਿੰਦਾ ਦੇਖੋ ਜੀ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਘੱਡ ਦਿੱਤਾ ਪਾਰਟੀ ਨੂੰ ਤਾਂ ਮੈਂ ਹੀ ਸੰਭਾਲਿਆ ਸੀ ਉਸ ਵਿਖਮ ਵੇਲੇ ਮੈਂ ਹੀ ਕੰਮ ਆਇਆ ਸੀ ਪਾਰਟੀ ਤੇ ਉਹ ਇਹ ਨਹੀਂ ਕਹਿੰਦਾ ਕਿ ਜੇ ਪਾਰਟੀ ਦਾ ਉਹ ਕਮਾਂਡਰ ਸੀ ਕੋਈ ਮਾੜੀ-ਬੁਟੀ ਜ਼ਿੰਮੇਵਾਰੀ ਉਹਨੂੰ ਲੈਣੀ ਚਾਹੀਦੀ ਹੈ ਉਹ ਕਹਿੰਦਾ ਜੀ ਮੈਂ ਤੇ ਔਖੇ ਵੇਲੇ ਪਾਰਟੀ ਨੂੰ ਸੰਭਾਲਿਆ ਉਹਦਾ ਕਹਿਣ ਦਾ ਮਤਲਬ ਕਿ ਆ ਜਿਹੜਾ ਹੁਣ ਸੌਖਾ ਵੇਲਾ ਹੈ ਇਹਦੇ 'ਚ ਵੀ ਮੈਨੂੰ ਅੱਗੇ ਲਾਇਆ ਜਾਵੇ ਦੂਜੇ ਪਾਸੇ ਭਗਵੰਤ ਮਾਨ ਜਿਹੜਾ ਅਮਰੀਕਾ ਚੱਲਿਆ ਸੀਗਾ ਜਾਂਦੇ-ਜਾਂਦੇ ਨੂੰ ਰੋਕਿਆ ਗਿਆ ਕਿ ਭਾਈ ਰੁਕ ਜਾ ਠਹਿਰ ਜਾ ਤੇਰੇ ਨਾਲ ਕੋਈ ਗੱਲ ਕਰਨੀ ਹੈ ਉਹ ਚਾਰ-ਪੰਜ ਦਿਨ ਤੋਂ ਦਿੱਲੀ ਬੈਠਾ ਉੱਥੇ ਮੀਟਿੰਗਾਂ ਦਾ ਸਿਲਸਲਾ ਚੱਲਣ ਡਿਆ 7 ਤਰੀਕ ਨੂੰ ਇਥੋਂ ਜਿੰਨੇ ਸਾਡੇ ਵਿਧਾਇਕ ਆ ਪੰਜਾਬ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਔਰ ਜਿਹੜੇ ਮੋਰੀ ਲੀਡਰ ਆ ਉਹ ਜਾ ਰਹੇ ਮੇਰੇ ਖਿਆਲ ਦੇ ਨਾਲ ਮੈਂਬਰ ਪਾਰਲੀਮੈਂਟ ਵੀ ਸੱਦੇ ਆ ਉਹ ਜਾਣ ਕੇ ਮੀਟਿੰਗ ਕਰਨੀ ਉਸ ਦਿਨ ਇਹਨਾਂ ਨੇ ਪ੍ਰਧਾਨ ਐਲਾਨ ਦੇਣਾ ਉਸ ਪ੍ਰਧਾਨਗੀ ਨੂੰ ਲੈ ਕੇ ਬਹੁਤ ਇੱਥੇ ਰਫੜ ਪਿਆ ਖਲੋਤਾ ਇੱਕ ਤੇ ਜਿਹੜੇ ਅੰਦਰੂਨੀ ਆ ਉਹ ਇੱਕ ਦੂਜੇ ਦੀਆਂ ਟੰਗਾਂ ਖਿੱਚਣ ੜੇ ਆ ਆਪਣੇ ਨੂੰ ਅੱਗੇ ਲਿਜਾਣ ਲਈ ਦੂਜੇ ਨੂੰ ਪਿਛਾ ਪਾਉਣ ਲਈ ਇੱਥੇ ਗੁੰਦਾ ਗੁੰਦੀਆਂ ਜਾਂਦੀਆਂ ਪਰ ਅੱਜ ਇੱਕ ਚੀਜ਼ ਨਵੀਂ ਵਾਪਰ ਗਈ ਨਵੀਂ ਇਹ ਵਾਪਰ ਗਈ ਕਿ ਪ੍ਰਵਾਸੀ ਕੁਝ ਸਜਨਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਆ ਅਹੁਦੇਦਾਰ ਵੀ ਆ ਉਹਨਾਂ ਚੋਂ ਕੁਝ ਦੇਸ਼ਾਂ ਦੇ ਕਨਵੀਨਰ ਵੀ ਆ ਉਹਨਾਂ ਨੇ ਇੱਕ ਲੈਟਰ ਬੰਬ ਸੁੱਟ ਦਿੱਤਾ ਲੈਟਰ ਬੰਬ ਤੋਂ ਭਾਵ ਉਹਨਾਂ ਨੇ ਖਤ ਲਿਖ ਦਿੱਤਾ ਜਿ ਇੰਜ ਕਹ ਲਈਏ ਖਤ ਬਾਹਰ ਲਿਆ ਆਪੀਆਂ ਦਿੱਲੀ ਨੂੰ ਪਾਇਆ ਕਹਿੰਦੇ ਡੁੱਬ ਜੂ ਬੀੜੀ ਜੇ ਭਗਵੰਤ ਪ੍ਰਧਾਨ ਬਣਾਇਆ ਹੂੰ ਉਹ ਕਹਿੰਦੇ ਕਿ ਭਗਵੰਤ ਮਾਨ ਨੂੰ ਜੇ ਤੁਸੀਂ ਪ੍ਰਧਾਨ ਬਣਾਤਾ ਤੇ ਰੈਂਦੀ ਕਸਰ ਵੀ ਕੱਢ ਦੇਣੀ ਆ ਔਰ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਿਆ ਕਹਿੰਦੇ ਜੀ ਭਗਵੰਤ ਮਾਨ ਸ਼ਰਾਪੀ ਨਤਾਦੀ ਆ ਔਰ ਇਹ ਇਹ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚੀ ਸੀਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਿਹਾ ਬੜਾ ਕੁਸ਼ਕਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਬਹੁਤੇ ਵਿਧਾਇਕ ਭਗਵੰਤ ਮਾਨ ਦੇ ਨਾਲ ਸਹਿਮਤੀ ਨਹੀਂ ਰੱਖਦੇ ਮਤਲਬ ਕਿ ਉਹਨੂੰ ਜੇ ਤੁਸੀਂ ਪ੍ਰਧਾਨਗੀ ਦਿਨੇ ਹੋ ਤਾਂ ਉਹਦੀ ਪ੍ਰਧਾਨਗੀ ਦੇ ਵਿੱਚ ਬਹੁਤੇ ਵਿਧਾਇਕ ਹੀ ਅਸਹਿਮਤ ਹਨ ਸੋ ਇਸ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਉਣ ਵਾਲਾ ਦੌਰ ਹੋਵੇਗਾ ਆਉਣ ਵਾਲਾ ਸਮਾਂ ਹੋਵੇਗਾ ਉਹ ਕਾਫੀ ਰੌਲੇ ਰੱਪੇ ਵਾਲਾ ਹੋਵੇਗਾ ਉਤਲ ਪੁਤਲ ਵਾਲਾ ਹੋਵੇਗਾ ਦੀਦਾ ਉਹੀ ਹੈ ਕਿਉਂਕਿ ਜੇ ਭਗਵੰਤ ਮਾਨ ਹੁਣ ਪ੍ਰਧਾਨ ਬਣਦਾ ਹੈ ਤੇ ਢੜੇ ਤੇ ਪਹਿਲਾਂ ਵਿਰੋਧ ਕਰਨ ਲਈ ਤਿਆਰ ਬੈਗੇ ਆ ਦੂਜੀ ਗੱਲ ਇਹ ਆ ਕਿ ਜੇ ਉਹ ਨਹੀਂ ਬਣਦਾ ਉਹਨੂੰ ਨਹੀਂ ਬਣਾਉਦੇ ਤੇ ਫਿਰ ਭਗਵੰਤ ਮਾਨ ਦੀ ਟਿਕਣਾ ਕੋਈ ਨਹੀਂ ਕਿਉਂਕਿ ਭਗਵੰਤ ਮਾਨ ਨੂੰ ਵੀ ਪਤਾ ਹੈ ਸੰਘਰੂਰ ਹੋ ਸਕਦਾਗਾ ਅਗਲੀ ਵਾਰੀ ਦੂਰ ਹੋ ਜਾਵੇ ਤੇ ਉਸ ਤੋਂ ਪਹਿਲਾਂ ਕੋਈ ਨਾ ਕੋਈ ਆਪਦਾ ਪ੍ਰਬੰਧ ਕਰ ਲਿਆ ਜਾਵੇ ਸੋ ਭਗਵੰਤ ਮਾਨ ਕਿਉਂਕਿ ਸਿਆਸਤਦਾਨ ਹੈ ਉਹ ਵੀ ਉਹ ਕੋਈ ਇੱਥੇ ਬਾਟੇ ਖੇਡਣ ਤੇ ਆਇਆ ਨਹੀਂਗਾ ਸਿਆਸਤ ਕਰਨੀ ਆਇਆ ਨਾ ਸਿਆਸਤ ਦੇ ਵਿੱਚ ਸੋ ਉਹ ਆਪਣੇ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਦਾ ਪਿਆ ਦੂਜੇ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਦੇ ਪਿਆ ਪਰ ਜਿਹੜਾ ਅਸਲੀ ਹਿਸਾਬ ਕਿਤਾਬ ਲਾਉਣਾ ਹੈ ਉਹ ਕੋਈ ਨਹੀਂ ਲਾਉਦਾ ਪਿਆ ਅਸਲੀ ਹਿਸਾਬ ਕਿਤਾਬ ਕੀ ਲੱਗਣਾ ਚਾਹੀਦਾ ਅਸਲੀ ਹਿਸਾਬ ਕਿਤਾਬ ਇਹ ਲੱਗਣਾ ਚਾਹੀਦਾ ਹੈ ਕਿ ਕਿਹੜਾ ਬੰਦਾ ਜਿਹਦੇ ਤੇ ਸਰਬਸਹਿਮਤੀ ਬਣ ਜਾਵੇ ਉਹ ਕਿਹੜਾ ਬੰਦਾ ਹੋ ਸਕਦਾ ਜਿਹੜਾ ਇਸ ਪਾਰਟੀ ਨੂੰ ਲੀਡ ਕਰ ਸਕਦਾ ਜਿਹਦੇ ਤੇ ਸਾਰੇ ਬੰਦੇ ਹੱਥ ਧਰਨ ਕੇ ਪਾਈ ਸਾਨੂੰ ਮਨਜ਼ੂਰ ਆ ਉਹਨੂੰ ਲੱਭਣ ਦੀ ਧਾਤ ਕੇ ਆਪਣੇ ਆਪ ਨੂੰ ਚਮਕਾਉਣ ਦੀ ਇਥੇ ਰਾਜਨੀਤੀ ਹੋ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਲਈ ਪੁੱਠੀ ਸਾਬਤ ਹੋ ਸਕਦੀ ਹੈ ਦੂਜੀ ਗੱਲ ਜਿਹੜੀ ਕਰਨ ਵਾਲੀ ਹੈ ਕਰਨ ਵਾਲੀ ਇਹ ਆ ਕਿ ਇਸ ਜਿਹੜੀ ਇਕਾਈ ਆ ਪੰਜਾਬ ਦੀ ਇਸ ਇਕਾਈ ਨੂੰ ਇਹ ਕਹਿਣਾ ਚਾਹੀਦਾ ਕਿ ਸਾਨੂੰ ਵੱਧ ਤੋਂ ਵੱਧ ਖੁਦ ਮਖਤਿਆਰ ਬਣਾਇਆ ਜਾਵੇ ਅਧਿਕਾਰ ਦਿੱਤੇ ਜਾਣ ਪਲੱਸ ਇਹ ਕੀਤਾ ਜਾਵੇ ਕਿ ਸਾਡੇ ਇਥੋਂ ਦੇ ਜਿਹੜੇ ਦਲਿਤ ਆ ਜਿਨ੍ਹਾਂ ਦੀ ਬਹੁਤ ਸਾਰੀ ਵੋਟ ਆ ਤੇ ਜਿਹੜੀ ਵੋਟ ਅਕਾਲੀ ਦਲ ਦੇ ਨਾਲ ਜੁੜ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਹਿੰਦੂ ਵੋਟ ਆ ਇਹ ਵੋਟਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਘਾਟਾ ਪਾ ਕੇ ਗਈਆਂ ਇਸ ਵਾਰੀ ਇਹਨਾਂ ਨੂੰ ਨਾਲ ਜੋੜਨ ਲਈ ਕੋਈ ਜਿਹੜੀ ਮੋਹਰਲੀ ਲੀਡਰਸ਼ਿਪ ਆ ਉਹਦੇ ਵਿੱਚ ਨੁਮਾਇੰਦਗੀ ਦਿੱਤੀ ਜਾਵੇ ਇਹਨਾਂ ਦੇ ਬੰਦਿਆਂ ਨੂੰ ਤੋ ਇਹ ਚੀਜ਼ਾਂ ਸੋਚਣ ਦੀ ਥਾਂ ਤੇ ਇਹ ਚੀਜ਼ਾਂ ਵਿਚਾਰਨ ਦੀ ਥਾਂ ਤੇ ਆਪਸੀ ਝਗੜਾ ਪਾ ਕੇ ਬੈਠੇ ਆ ਝਗੜਾ ਇਹ ਤੁਹਾਨੂੰ ਪਤਾ ਹੀ ਇਹ ਝਗੜਾ ਜਿਹੜਾ ਹੁੰਦਾ ਹੈ ਉਹ ਰਗੜਾ ਲਾ ਦਿੰਦਾ ਹੈ ਸਿਆਣੇ ਕਹਿੰਦੇ ਹੁੰਦੇ ਕਿ ਕਲਾ ਕਲੰਦਰ ਵਸੇ ਘੜਿਓ ਪਾਣੀ ਨਸੇ ਜੇ ਇਹ ਕਲਾਕਲੇਸ਼ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਬੰਦਾ ਬਣਾਉਣਾ ਕੱਖ ਨਹੀਂ ਉਲਟਾ ਨੁਕਸਾਨ ਹੋਏਗਾ ਤੁਸੀਂ ਪੰਜਾਬ ਬਦਲ ਨਾਏ ਹੋ ਤੇ ਫਿਰ ਕੁਰਸੀਆਂ ਦਾ ਕੀ ਰੌਲਾ ਫਿਰ ਤੁਹਾਡੇ ਤੋਂ ਭਾਵੇਂ ਉਹ ਅਗਲੇ ਪੋਸਟਰ ਲਵਾਉਣ ਭਾਵੇਂ ਤੁਹਾਡੇ ਤੋਂ ਝਾੜੂ ਲਵਾਉਣਾ ਤੁਸੀਂ ਜੋ ਹੁਕਮ ਆਵੇ ਮੰਨ ਲਓ ਕਿਉਂਕਿ ਤੁਸੀਂ ਪੰਜਾਬ ਨੂੰ ਬਦਲਣ ਆਏ ਹੋ ਤੇ ਜੇ ਤੁਸੀਂ ਇਹ ਕੁਰਸੀਆਂ ਦੀ ਲੜਨ ਲੜਾਉਣ ਆਏ ਹੋ ਭਾਈ ਤੇ ਫਿਰ ਆਪਦਾ ਨਾਰਾ ਬਦਲ ਲਓ ਜੀ 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 ਆ ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਪੰਜਾਬ ਵਿੱਚ ਫਿਲਮਾਂ ਦੀ ਸ਼ੂਟਿੰਗ ਲਈ ਸਿੰਗਲ ਵੀਡੋ ਦਾ ਪ੍ਰਬੰਧ ਕਰਨ ਤੇ ਸਿੱਧੂ ਨੇ ਦਿੱਤੇ ਆ ਹੁਕਮ ਦੇਖੋ ਨਰਜੋਤ ਸਿੱਧੂ ਚੰਗੇ ਕੰਮ ਕਰੀ ਜਾਂਦਾ ਨਵਜੋਤ ਸਿੱਧੂ ਦੀ ਰਜਾਇਦਾ ਕੋਈ ਨਾ ਕੋਈ ਗਤੀਵਿਧੀ ਇਹੋ ਜੀ ਹੁੰਦੀ ਹੈ ਜਿਹੜੀ ਇਹ ਪ੍ਰਭਾਵ ਦਿੰਦੀ ਹੈ ਕਿ ਨਵਜੋਤ ਸਿੱਧੂ ਟਿੱਕੇ ਨਹੀਂ ਬੰਦਾ ਨਵਜੋਤ ਸਿੱਧੂ ਆਪਣੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਦਾ ਬਰੀਕੀਆਂ ਵੇਖ ਰਿਹਾ ਆਪਣੇ ਕੰਮ ਦੀਆਂ ਔਰ ਇਹ ਦੇਖਦਾ ਪਿਆ ਕਿ ਕਿਸ ਤਰ੍ਹਾਂ ਸਾਡਾ ਢਾਂਚਾ ਜਿਹੜਾ ਉਹ ਸੂਤ ਆਵੇਗਾ ਕਿਸ ਤਰ੍ਹਾਂ ਇਹ ਢਾਂਚਾ ਜਿਹੜਾ ਉਲਝਾਇਆ ਗਿਆ ਕਿੰਨਾ ਕੁ ਢਾਂਚਾ ਸਾਡਾ ਵਿਗੜਿਆ ਇਹਦਾ ਮਤਲਬ ਕਿ ਉਹ ਮੱਥਾ ਖਪਾਈ ਕਰਦਾ ਆਪਣੇ ਕੰਮ ਦੇ ਨਾਲ ਅ ਕੱਲ ਵੀ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਜਦੋਂ ਸੈਰਸਪਾਟੇ ਦਾ ਜਿਹੜਾ ਸੈਕਟਰੀ ਸੀਗਾ ਅ ਵਿਭਾਗ ਦਾ ਉਹ ਬੋਲਿਆ ਕਹਿੰਦਾ ਜੀ ਕਿ ਸਾਡਾ ਟੀਚਾ ਹੈ ਕਿ 4 ਕਰੋੜ ਸਲਾਨੀ ਆਉਂਦੇ ਆ ਇਸ ਸਮੇ ਤੇ 4 ਕਰੋੜ ਤੋਂ ਅਸੀਂ 5 ਸਾਲਾਂ ਚ 8 ਕਰੋੜ ਕਰਨੇ ਆ ਉਹਨੇ ਆਖਿਆ ਮਿੱਤਰਾਂ ਮੈਨੂੰ ਇਹ ਹਵਾਈ ਅੰਕੜੇ ਨਾ ਦੱਸ ਮੈਨੂੰ ਇਹ ਦੱਸ ਕਿ ਕੀਤਾ ਕੀ ਹੈ ਤੁਸੀਂ ਅੱਜ ਤੱਕ ਉਹ ਕਹਿੰਦਾ ਕਹਿੰਦਾ ਕਿ ਕੱਲੇ 4 ਕਰੋੜ ਤੇ ਅੰਮ੍ਰਿਤਸਰ ਦੇ ਵਿੱਚ ਹੀ ਸਲਾਨੀ ਆ ਜਾਂਦੇ ਇੱਕ ਸਾਲ ਦੇ ਹੂੰ 4 ਕਰੋੜ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਆ ਜਾਂਦੇ ਆ ਤੇ ਹੋਰ ਦੂਜੇ ਪੰਜਾਬ ਦੇ ਵਿੱਚ ਕੋਈ ਆਉਂਦਾ ਹੀ ਨਹੀਂ ਬੰਦਾ ਹੀ ਨਹੀਂ ਆਉਂਦਾ ਕੋਈ ਤੁਹਾਡੇ ਸਾਰੇ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਆਉਂਦਾ ਤੁਹਾਡੇ ਜਿਹੜੇ ਸੈਰਸਪਾਟੇ ਵਾਲੇ ਪੁਆਇੰਟ ਆ ਉਹਨਾਂ ਤੇ ਇੱਕ ਵੀ ਸਲਾਨੀ ਨਹੀਂ ਆਉਂਦਾ ਸੋ ਨਵਜੋਤ ਸਿੱਧੂ ਇਹ ਜਾਣਕਾਰ ਆ ਸਾਰੀਆਂ ਚੀਜ਼ਾਂ ਦਾ ਸਾਰੇ ਪੱਖਾਂ ਨੂੰ ਚੰਗੀ ਤਰ੍ਹਾਂ ਇਹ ਬਾਚਦਾ ਜਾਣਕਾਰੀ ਰੱਖਦਾ ਉਹਦਾ ਇਹਨੂੰ ਫਾਇਦਾ ਮਿਲਦਾ ਪਿਆ ਜਿਹੜੀਆਂ ਚੀਜ਼ਾਂ ਦਾ ਇਹਨਾਂ ਦੇ ਇਤਿਹਾਸਿਕ ਪੁਰਾਤੱਤਵ ਵਿਭਾਗ ਦੇ ਬੰਦਿਆਂ ਨੂੰ ਹੀ ਪਤਾ ਉਹ ਇਹਨੂੰ ਪਤਾ ਉਹ ਕਹਿੰਦਾ ਤੁਹਾਨੂੰ ਪਤਾ ਅਕਬਰ ਦੀ ਤਾਜਪੋਸ਼ੀ ਇੱਥੇ ਹੋਈ ਸੀ ਪੰਜਾਬ ਦੇ ਵਿੱਚ ਦੱਸੋ ਕਿੱਥੇ ਹੋਈ ਸੀ ਉਹਨਾਂ ਦੇ ਕੋਲ ਕੋਈ ਜਵਾਬ ਹੀ ਨਹੀਂ ਉਹ ਕਹਿੰਦਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਇਤਿਹਾਸਿਕ ਥਾਵਾਂ ਨੇ ਤੁਹਾਨੂੰ ਵੀ ਉਹਦਾ ਨਹੀਂ ਪਤਾ ਮੈਂ ਤੁਹਾਨੂੰ ਦੱਸਦਾ ਕੀ ਤੁਸੀਂ ਕਦੇ ਉਹ ਨਕਸ਼ੇ ਤੇ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਨਵਜੋਤ ਸਿੱਧੂ ਦੀਆਂ ਗੱਲਾਂ ਸਹੀ ਨੇ ਅੱਜ ਵੀ ਨਵਜੋਤ ਸਿੱਧੂ ਦੇ ਨਾਲ ਦਰਸ਼ਨ ਆਉ ਲਖਿਆ ਜਿਹੜਾ ਕਿ ਇੱਥੇ ਬਹੁਤ ਸਾਰੀਆਂ ਫਿਲਮਾਂ ਲਈ ਪ੍ਰਬੰਧ ਕਰਦਾ ਹੈ ਬਾਲੀਵੁੱਡ ਦੀਆਂ ਜਾਂ ਜਿਹੜੀਆਂ ਪਾਲੀਵੁੱਡ ਦੀਆਂ ਇਹਨਾਂ ਫਿਲਮਾਂ ਲਈ ਲੋਕੇਸ਼ਨਾਂ ਦਾ ਪ੍ਰਬੰਧ ਕਰਨਾ ਜਾਂ ਹੋਰ ਇਜਾਜ਼ਤਾਂ ਦੇਣੀਆਂ ਉਹਦੇ ਨਾਲ ਮੀਟਿੰਗ ਕੀਤੀ ਦਰਸ਼ਨ ਔਲਖ ਦੇ ਨਾਲ ਦਰਸ਼ਨ ਔਲਖ ਨੇ ਫਿਰ ਸੁਝਾਅ ਦਿੱਤਾ ਉਹ ਕਹਿੰਦਾ ਕਿ ਜੇ ਤੁਸੀਂ ਫਿਲਮ ਮੇਕਰਾਂ ਨੂੰ ਇੱਥੇ ਸੱਦਣਾ ਉਹਨਾਂ ਨੂੰ ਇੱਥੇ ਜ਼ਿਆਦਾ ਤੁਸੀਂ ਉਤਸ਼ਾਹਤ ਦੇਣਾ ਆ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ ਕਿ ਸਿੰਗਲ ਵਿੰਡੋ ਦਾ ਪ੍ਰਬੰਧ ਕਰੋ ਸਿੰਗਲ ਵਿੰਡੋ ਤੋਂ ਭਾਵੇਂ ਆ ਕਿ ਉਹਨਾਂ ਨੂੰ ਥਾਂ-ਥਾਂ ਗਲੀਆਂ-ਗਲੀਆਂ ਨਾ ਪਉਣਾ ਪਵੇ ਪਉਣਾ ਫਿਰ ਇੱਕ ਇੱਕ ਦੇ ਉਧਰ ਉਹ ਇਜਾਜ਼ਤ ਲਾਓ ਕਦੇ ਉਧਰੋਂ ਇਜਾਜ਼ਤ ਲਓ ਇੱਕ ਥਾਂ ਤੇ ਉਹਨਾਂ ਨੇ ਜਿਹੜੀ ਜਿਹੜੀ ਚੀਜ਼ ਦੀ ਇਜਾਜ਼ਤ ਲੈਣੀ ਹੈ ਉੱਥੋਂ ਹੀ ਮਿਲ ਜਾਵੇ ਜਿਵੇਂ ਇੱਕ ਉਦਯੋਗਪਤੀ ਲਈ ਸਿੰਗਲ ਵਿੰਡੋ ਦਾ ਪ੍ਰਬੰਧ ਹੁੰਦਾ ਹੈ ਕਿ ਜੇ ਜੰਗਲਾਤ ਵਿਭਾਗ ਦੀ ਐਨਓਸੀ ਲੈਣੀ ਹੈ ਤਾਂ ਵੀ ਉਥੋਂ ਹੀ ਜੇ ਤੁਸੀਂ ਜਿਹੜੀ ਜ਼ਮੀਨ ਵਰਤੋਂ ਚ ਲਿਆਉਣੀ ਜੇ ਉਹਦਾ ਸਰਟੀਫਿਕੇਟ ਲੈਣਾ ਉਥੋਂ ਹੀ ਯਾਨੀ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਨੂੰ ਉਥੋਂ ਖਾਣਾ ਪੂਰਤੀ ਵਾਲਾ ਕਰਨਾ ਪੈਣਾ ਸਾਰਾ ਪ੍ਰਬੰਧ ਉਥੇ ਹੀ ਹੋ ਜਾਣਾ ਇੱਕੋ ਬਾਰੀ ਦੇ ਵਿੱਚ ਸੋ ਇਸ ਤਰ੍ਹਾਂ ਦਾ ਇਹਨਾਂ ਨੇ ਅੱਜ ਪ੍ਰੋਪੋਜ਼ਲ ਦਿੱਤਾ ਦਰਸ਼ਨ ਆਲ ਖੁਰਾ ਨੇ ਤੇ ਨਵਜੋਤ ਸਿੱਧੂ ਨੇ ਨਾਲ ਦੇ ਨਾਲ ਹੁਕਮ ਦੇ ਦਿੱਤਾ ਉਹ ਕਹਿੰਦਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫਿਲਮਕਾਰਾਂ ਲਈ ਸਿੰਗਲ ਵਿੰਡੋ ਦਾ ਪ੍ਰਬੰਧ ਕਰ ਦਿਓ ਸਾਰੀਆਂ ਪਰਮਿਸ਼ਨਾਂ ਜਿਹੜੀਆਂ ਉਹ ਇੱਕ ਥਾਂ ਤੋਂ ਇਹ ਹਾਸਲ ਕਰ ਲੈਣ ਤੇ ਆਪਦੀ ਇਹ ਸ਼ੂਟਿੰਗ ਕਰਨਾ ਸੋ ਇਹ ਚੰਗੀ ਗੱਲ ਆ ਇਹਦੇ ਨਾਲ ਹੋਰ ਵੀ ਫਿਲਮ ਕਰ ਰਹੇ ਜਿਹੜੇ ਪੰਜਾਬ ਦੇ ਵਿੱਚ ਆਉਣਗੇ ਵੈਸੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਪੰਜਾਬ ਚ ਹੁੰਦੀ ਆ ਦੂਜੀ ਗੱਲ ਜਿਹੜੀ ਕਰਨ ਵਾਲੀ ਆ ਨਵਜੋਤ ਸਿੱਧੂ ਕਿਉਂਕਿ ਅਮਰਸਰ ਦਾ ਮੈਂ ਉਹਦੇ ਤੋਂ ਉਮੀਦ ਵੀ ਇਹ ਕਰਦਾ ਕਿ ਉਹ ਕਰ ਸਕਦਾ ਨਵਜੋਤ ਸਿੱਧੂ ਨੂੰ ਇਹ ਚਾਹੀਦਾ ਕਿ ਐਸਟੀਪੀਸੀ ਦੇ ਨਾਲ ਵੀ ਥੋੜੀ ਜੀ ਗੱਲਬਾਤ ਕਰੇ ਕਿਉਂਕਿ ਜਿਹੜੇ ਧਾਰਮਿਕ ਫਿਲਮਾਂ ਬਣਾਉਂਦੇ ਆ ਉਹ ਪਿੱਛੇ ਹਟਦੇ ਜਾ ਰਹੇ ਆ ਉਹ ਕਹਿੰਦੇ ਆ ਕਿ ਜਦੋਂ ਅਸੀਂ ਧਾਰਮਿਕ ਫਿਲਮ ਬਣਾਉਣੇ ਖਾਸ ਤੌਰ ਤੇ ਸਿੱਖ ਇਤਿਹਾਸ ਨਾਲ ਜੁੜੀ ਫਿਲਮ ਬਣਾਉਣੇ ਆ ਤੇ ਸਾਨੂੰ ਵੀ ਇਸ ਤਰ੍ਹਾਂ ਦੀਆਂ ਇਜਾਜ਼ਤਾਂ ਇੰਨੀਆਂ ਜ਼ਿਆਦਾ ਅੜਚਨਾ ਪੈਦਾ ਕਰਦੀਆਂ ਨੇ ਕਿ ਆ ਸਾਡਾ ਮਨ ਕਰਦਾ ਕਿ ਇਹ ਤੋਂ ਹਟਜੋ ਇਹ ਘਟਨਾ ਸੀ ਕਮਾਈ ਉਨੀ ਕੁ ਹੋਣੀ ਹੈ ਪਰ ਭਕਾਈ ਸਾਡੀ ਕਿੰਨੀ ਕਰਵਾ ਰਹੇ ਆ ਸੋ ਮੇਰੇ ਖਿਆਲ ਦੇ ਨਾਲ ਇਹ ਮਿਲ ਕੇ ਐਸਡੀਪੀਸੀ ਦੇ ਪ੍ਰਧਾਨ ਤੋਂ ਉਹ ਵੀ ਜਿਹੜਾ ਪ੍ਰਬੰਧ ਹੈ ਨਾ ਉਹ ਵੀ ਸੁਖਾਲਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਨਾਲ ਜਿਹੜੇ ਇਹ ਲੋਕ ਇਤਿਹਾਸਿਕ ਫਿਲਮਾਂ ਬਣਾਉਣੀਆਂ ਚਾਹੁੰਦੇ ਧਾਰਮਿਕ ਫਿਲਮਾਂ ਬਣਾਉਣੀਆਂ ਚਾਹੁੰਦੇ ਆ ਉਹ ਵੀ ਪੰਜਾਬ ਦੇ ਵਿੱਚ ਵਧੇਰੇ ਆ ਸਕਣ ਹੂੰ ਜੀ 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 ਅਗਲੀ ਗੱਲ ਕਰੀਏ ਮਿੰਟੂ ਜੀ ਵੀ ਨੀਟ ਦੀ ਪ੍ਰੀਖਿਆ ਵਿੱਚ ਨਹੀਂ ਬੈਠ ਸਕਣਗੇ ਅਮਰਤਾ ਦੀ ਸਿੱਖ ਕਿਰਪਾਨ ਪਾ ਕੇ ਦੇਖੋ ਬੜੀ ਮਾੜੀ ਗੱਲ ਆ ਬਹੁਤ ਘਟੀਆ ਗੱਲ ਆ ਇਹ ਪ੍ਰੀਖਿਆ ਹੋਣੀ ਆ ਸਵੇਰੇ ਮੇਰੇ ਖਿਆਲ ਦੇ ਨਾਲ 7 ਤਰੀਕ ਨੂੰ ਇਹਨਾਂ ਨੇ ਦਿੱਤੀ ਹੋਈ ਆ ਤਰੀਕ ਤੇ ਅੱਜ ਹੁਣ ਇਸ ਸਮੇਂ ਜਦੋਂ ਆਪਾਂ ਗੱਲ ਕਰਦੇ ਪਏ ਆ ਰਾਜਕਰਨਬੀਰ ਸਿੰਘ ਜੀ 6 ਦਾ ਦਿਨ ਤੇ ਬੀਤ ਗਿਆ ਜਾਨੀ ਇਹਦਾ ਮਤਲਬ ਕਿ ਵਿੱਚ ਰਾਤ ਆ ਰਾਤੋਂ ਰਾਤ ਇਜਾਜ਼ਤ ਮਿਲ ਨਹੀਂ ਨੇ ਹੂੰ ਸੋ ਇਹਦਾ ਭਾਵੇਂ ਆ ਕਿ ਜਿਹੜੇ ਅਮਰਤਾਰੀ ਸਟੂਡੈਂਟ ਆ 6 ਸਟੂਡੈਂਟ ਆ ਉਹ ਕੱਲ ਨੂੰ ਜਾਂ ਤੇ ਆਪਣੇ ਗਾਥਰੇ ਲਾਉਣਗੇ ਕਿਰਪਾਨ ਲਾਉਣਗੇ ਤੇ ਜਾਂ ਉਹ ਆਪਣੀ ਪ੍ਰੀਖਿਆ ਛੱਡਣਗੇ ਦੋਹਾਂ ਹੀ ਸੂਰਤਾਂ ਦੇ ਵਿੱਚ ਉਹਨਾਂ ਦੇ ਨਾਲ ਹਨਿਆ ਉਹਨਾਂ ਦੇ ਨਾਲ ਨਾ ਇਨਸਾਫੀ ਹੈ ਕਿਉਂਕਿ ਇੱਥੋਂ ਦੀ ਜਿਹੜੀ ਧਾਰਾ 25 ਦਾ ਅਨੁਛੇਦ 1 ਉਹ ਇਹਨਾਂ ਨੂੰ ਇਜਾਜ਼ਤ ਦਿੰਦਾ ਕਿ ਕਿਰਪਾਨ ਪਨ ਕੇ ਕਿਤੇ ਵੀ ਜਾ ਸਕਦੇ ਇੱਥੋਂ ਤੱਕ ਕਿ ਅਦਾਲਤ 'ਚ ਵੀ ਜਾ ਸਕਦੇ ਆ ਜੀ ਔਰ ਇਸ ਗੱਲ ਤੇ ਬੜੀ ਵੱਡੀ ਬਹਿਸ ਹੋ ਗਈ ਸੀ ਅੰਬਾਲੇ ਇੱਕ ਜੱਜ ਨੇ ਇੱਕ ਗੁਰਸਿੱਖ ਨੌਜਵਾਨ ਨੂੰ ਆਖਿਆ ਸੀ ਜੇ ਤੂੰ ਸ਼ਹਾਦਤ ਦੇਣੀ ਹੈ ਮਤਲਬ ਗਵਾਹੀ ਦੇਣੀ ਹੈ ਤੇ ਕਿਰਪਾਨ ਉਤਾਰ ਕੇ ਆ ਤੇ ਫਿਰ ਉੱਥੇ ਕਾਨੂੰਨੀ ਲੜਾਈ ਲੜੀ ਗਈ ਸੀ ਤੇ ਉਸ ਜੱਜ ਨੂੰ ਫਟਕਾਰਾਂ ਪਾਈਆਂ ਸੀਗੀਆਂ ਉਹ ਕਹਿੰਦੇ ਕਿ ਤੂੰ ਜੱਜ ਹੋ ਕੇ ਹੀ ਸੰਵਿਧਾਨ ਤੋਂ ਜਾਣਿਆ ਤੈਨੂੰ ਨਹੀਂ ਪਤਾ ਕਿ ਸਿੱਖਾਂ ਨੂੰ ਇਜਾਜ਼ਤ ਮਿਲੀ ਹੈ ਸੋ ਇਹ ਚੀਜ਼ ਜਿਹੜੀ ਹੈ ਇੱਥੇ ਨਜ਼ਰ ਅੰਦਾਜ਼ ਕੀਤੀ ਗਈ ਹੈ ਉਦੋਂ ਇਹਨਾਂ ਨੇ ਸਖਤਾਈ ਇਸ ਵਾਰੀ ਬਹੁਤ ਜ਼ਿਆਦਾ ਕੀਤੀ ਹੈ ਮਤਲਬ ਕਿ ਕੋਈ ਵੀ ਸਾੜੀ ਪਾ ਕੇ ਬੁਰਕਾ ਪਾ ਕੇ ਮਹਿੰਦੀ ਲਾ ਕੇ ਤਬੀਤ ਪਾ ਕੇ ਬ੍ਰੇਸਲਟ ਪਾ ਕੇ ਟੈਸਟ ਦੇ ਵਿੱਚ ਨਹੀਂ ਬੈਠ ਸਕੇਗਾ ਇਹ ਜ਼ਰੂਰ ਕਿਹਾ ਕਿ ਜਿਹੜੀਆਂ ਵਿਆਹੀਆਂ ਔਰਤਾਂ ਔਰਤਾਂ ਨੇ ਉਹ ਮੰਗਲ ਸੂਤਰ ਪਹਿਨ ਸਕਦੀਆਂ ਹਾਂ ਦੂਜੇ ਪਾਸੇ ਵਿਦਿਆਰਥੀਆਂ ਨੂੰ ਇਹ ਵੀ ਇਜਾਜ਼ਤ ਹੈ ਕੋਈ ਚੱਪਲ ਪਾ ਲੈਣ ਪਾਵੇਂ ਸੈਂਡਲ ਪਾ ਲੈਣ ਹਾਫ ਟੀ-ਸ਼ਰਟ ਪਾ ਲੈਣ ਸ਼ਰਟ ਪਾ ਲੈਣ ਟਰੌਜ਼ਰ ਪਾ ਲੈਣ ਲੋਰ ਪਾ ਲੈਣ ਪਲਾਜ਼ੋ ਪਾ ਲੈਣ ਸਲਵਾਰ ਪਾ ਲੈਣ ਇਹ ਸਾਰੀਆਂ ਚੀਜ਼ਾਂ ਇਜਾਜ਼ਤ ਦੇ दायरे ਚ ਆ ਜੇ ਨਹੀਂ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਉਪਰੁਕਤ ਕਹਿ ਕੇ ਆਇਆ ਕਿ ਜਿਦਾਂ ਬੁਰਕਾ ਸਾੜੀ ਮਹਿੰਦੀ ਲਾ ਕੇ ਤਵੀਤ ਬ੍ਰੇਸਲੇਟ ਵਗੈਰਾ ਜਿਹੜੀ ਤਾਤੂ ਤੋਂ ਬਣੇ ਚੀਜ਼ਾਂ ਖਾਸ ਤੌਰ ਤੇ ਉਹ ਨਹੀਂ ਪੋਣੀਆਂ ਹੁਣ ਇੱਥੇ ਸਮੱਸਿਆ ਸਭ ਤੋਂ ਵੱਡੀ ਹੈ ਇਹ ਰਾਜਕਰਨਬੀਰ ਸਿੰਘ ਜੀ ਕਿ ਜੇਕਰ ਸਿੱਖਾਂ ਨੂੰ ਅੱਜ ਇਹ NEET ਦੀ ਪ੍ਰੀਖਿਆ 'ਚ ਰੁਕਣਗੇ ਕੱਲ ਨੂੰ ਹੋਰ ਪ੍ਰੀਖਿਆਵਾਂ 'ਚ ਵੀ ਇਸ ਤਰ੍ਹਾਂ ਦੇ ਕੈਦੇ ਬਣ ਜਾਣਗੇ ਕਾਨੂੰਨ ਬਣ ਜਾਣਗੇ ਨੀਮ ਬਣ ਜਾਣਗੇ ਆਪਣੇ ਆਪ ਵੀ ਲੋਕ ਬਣਾ ਲੈਣਗੇ ਸੋ ਮੇਰੇ ਖਿਆਲ ਦੇ ਨਾਲ ਇਹ ਜੋ ਕੀਤਾ ਇਹ ਦੌਰੀ ਤਕਸ਼ਾਈ ਕੀਤੀ ਆ ਦੌਰੀ ਤਕਸ਼ਾਈ ਕਿਉਂ ਆ ਕਿਉਂਕਿ ਜਿਹੜੀ ਨੀਡ ਦੀ ਪ੍ਰਕਿਰਿਆ ਨੀਡ ਦਾ ਮਤਲਬ ਇਹ ਆ ਕਿ ਜਿਹੜੀ ਸੀਬੀਐਸਸੀ ਲੈਂਦੀ ਆ ਮੈਡੀਕਲ ਤੇ ਡੈਂਟਲ ਟੈਸਟ ਵਾਸਤੇ ਇੱਕ ਇੰਟਰਸਟ ਟੈਸਟ ਆ ਜਿਹੜਾ ਇਸ ਟੈਸਟ ਵਾਸਤੇ ਜਿਹੜੀ ਇਹਨਾਂ ਨੇ ਲੈਂਗੁਏਜ ਦੀ ਰੱਖੀ ਆ ਪਰਨਾਲੀ ਉਹਦੇ ਵਿੱਚ ਹਿੰਦੀ ਅੰਗਰੇਜ਼ੀ ਅਸਾਮੀ ਬੰਗਲਾ ਗੁਜਰਾਤੀ ਮਰਾਠੀ ਕੰਨੜ ਉੜੀਆ ਤਾਮਿਲ ਤੇਲਗੂ ਮਤਲਬ ਕਿ ਜਿੰਨੀਆਂ ਵੀ ਭਾਰਤ ਦੇ ਵਿੱਚ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਾਰੀਆਂ ਦੇ ਵਿੱਚ ਨੀ ਟੈਸਟ ਰੱਖਿਆ ਪਰ ਨਹੀਂ ਰੱਖਿਆ ਤੇ ਸਿਰਫ ਪੰਜਾਬੀ ਚ ਨਹੀਂ ਰੱਖਿਆ ਇਹ ਕਿਉਂ ਨਹੀਂ ਰੱਖਿਆ ਇਹਦਾ ਜਵਾਬ ਇਹ ਦੇ ਸਕਦੇ ਆ ਦੂਜੀ ਗੱਲ ਦੂਜੀ ਗੱਲ ਇਹ ਹੈ ਜਿਹੜੀ ਆ ਇਹਨਾਂ ਨੇ ਕਰ ਦਿੱਤੀ ਆ ਕਿ ਜੀ ਸਿੱਖ ਹੈ ਜਿਹੜੇ ਕਿਰਪਾਨ ਪਹਿਨ ਕੇ ਪ੍ਰੀਖਿਆ ਨਹੀਂ ਦੇ ਸਕਣਗੇ ਜੇ ਦੇਖੋ ਇੱਕ ਵਿਆਹੀ ਔਰਤ ਦਾ ਮੰਗਲ ਸੂਤਰ ਲਵਾਉਣ ਦੇ ਵਿੱਚ ਤੁਹਾਨੂੰ ਚਿਜਕ ਆ ਕਿ ਇਹ ਇੱਕ ਵਿਆਹੀ ਔਰਤ ਦੇ ਕਿਤੇ ਨਾ ਕਿਤੇ ਜੋ ਉਹਨਾਂ ਦੀ ਰੀਤ ਆ ਉਹਦਾ ਹਨਣਾਂ ਜਾਂ ਉਹਦੇ ਅਧਿਕਾਰ ਦਾ ਹਨਣਾਂ ਕੁਝ ਵੀ ਕਹਿ ਲੋ ਜੇ ਤੁਹਾਨੂੰ ਇਹ ਲੱਗਦਾ ਕਿ ਉਹਨੂੰ ਛੁੱਟ ਦੇਣੀ ਬਣਦੀ ਆ ਤੇ ਫਿਰ ਤੁਹਾਨੂੰ ਘੱਟੋ ਘੱਟ ਜਿਹੜੀ ਚੀਜ਼ ਦੀ ਸੰਵਿਧਾਨ ਇਜਾਜ਼ਤ ਦਿੰਦਾ ਸਿਕਾ ਨੂੰ ਜੇ ਤੁਸੀਂ ਉਹਨਾਂ ਨੂੰ ਇਜਾਜ਼ਤ ਦੇ ਦੋਗੇ ਤਾਂ ਕੋਈ ਫਰਕ ਨਹੀਂ ਪੈਂਦਾ ਜਿੱਥੇ ਇੰਨੀ ਸਖਤਾਈ ਆ ਉੱਥੇ ਗੱਤਰੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਸੋ ਐਸਜੀਪੀਸੀ ਦੇ ਕਿਰਪਾਲ ਸਿੰਘ ਬਡੂਂਗਰ ਨੇ ਅਕੱਲ ਕੋਸ਼ਿਸ਼ ਤੇ ਕੀਤੀ ਅਪੀਲ ਕੀਤੀ ਸੀ ਸੀਬੀਐਸਸੀ ਬੋਰਡ ਦੇ ਚੇਅਰਮੈਨ ਨੂੰ ਪਰ ਉਹਨਾਂ ਨੇ ਜਵਾਬ ਵੀ ਕੋਈ ਨਹੀਂ ਦਿੱਤਾ ਇਹ ਚਾਹੀਦਾ ਸੀਗਾ ਕਿ ਜਿਹੜੇ ਅਕਾਲੀ ਜਿਹੜੇ ਕਿ ਪੰਥ ਦੇ ਨੰਬਰਦਾਰ ਆ ਇਹਨਾਂ ਨੂੰ ਚਾਹੀਦਾ ਸੀ ਆਪਣੇ ਪੱਤਰ ਤੇ ਵਫਦ ਲੈਂਦੇ ਕੇਂਦਰ ਦੇ ਨਾਲ ਗੱਲਬਾਤ ਕਰਦੇ ਸਾਰਾ ਕੁਝ ਕਰ ਕਰਾ ਕੇ ਉਥੋਂ ਨਵੇੜ ਕੇ ਆਉਂਦੇ ਪਰ ਅਫਸੋਸ ਦੀ ਗੱਲ ਆ ਕੋਈ ਵੀ ਜਥੇਬੰਦੀ ਕੋਈ ਵੀ ਸਿੱਖ ਲੀਡਰ ਹੈ ਜਿਹੜਾ ਉਹ ਇਸ ਪਾਸੇ ਤਵੱਜੋ ਹੀ ਨਹੀਂ ਦੇ ਸਕਿਆ ਹੂੰ ਜੀ ਜੀ ਬਿਲਕੁਲ ਜੀ ਇਹ ਹਰ ਇੱਕ ਚੀਜ਼ ਨੂੰ ਉਦਦੇ ਮੰਨੀ ਜਾਂਦੇ ਜਿੱਦਾਂ ਉਹ ਕਰੀ ਜਾਂਦੇ ਨੇ ਤੇ ਉਹਨਾਂ ਨੇ ਤਾਂ ਹੋਰ ਵੀ ਜ਼ਿਆਦਾ ਤੁਹਾਨੂੰ ਦਬਾਉਣਾ ਆ ਆ ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਭਰੂਣ ਜਾਂਚ ਕਰਨ ਵਾਲਾ ਇੱਕ ਹੋਰ ਕੇਂਦਰ ਵੀ ਇਨਕਾਬ ਹੋਇਆ ਇਹ ਦੇਖੋ ਰਾਜਕਰਨ ਵੀਰ ਸਿੰਘ ਜੀ ਇਹ ਬੜਾ ਵੱਡਾ ਕਲੰਖਿਆ ਪੰਜਾਬ ਦੇ ਉੱਤੇ ਜਿਹੜਾ ਕੱਲ ਛਾਪਾ ਪਿਆ ਨਾ ਫਤਿਹਗੜ ਪੰਚਤੂਰ ਆ ਮੋਗੇ ਦੇ ਕੋਲ ਆ ਉੱਥੇ ਛਾਪਾ ਪਿਆ ਛਾਪੇ ਦੇ ਵਿੱਚ ਕਿਦਾਂ ਉਹਨਾਂ ਨੇ ਇਹ ਜਿਹੜਾ ਜਾਲ ਬੁਣਿਆ ਬੜਾ ਦਿਲਚਸਪ ਹੈ ਸਾਡੇ ਮਲੂਟ ਦੀ ਇੱਕ ਉਹਨਾਂ ਨੇ ਔਰਤ ਤਿਆਰ ਕੀਤੀ ਜਿਹੜੀ ਦਲਾਲ ਸੀ ਹਮ ਠੀਕ ਹੈ ਜੀ ਇੱਕ ਉਹਨਾਂ ਨੇ ਬੀਬੀ ਲਿਆਂਦੀ ਪੁਲਿਸ ਵਾਲੀ ਹਮ ਇਹ ਹਰਿਆਣੇ ਦੀ ਟੀਮ ਸੀ हरियाणा स्टेट वपक दी टीम सी हरियाणा ਚ ਡੱਬ ਵਾਲੀ ਦੀ ਉਹ ਬੀਬੀ ਪੁਲਸ ਵਾਲੀ ਲੈਂਦੀ ਫਿਰ ਗਾਂ ਉਹ ਜਿਹੜੀ ਪੁਲਸ ਵਾਲੀ ਬੀਬੀ ਸੀ ਉਹਨੇ ਮਲੋਟ ਦੀ ਇੱਕ ਦਲਾਲ ਨਾਲ ਪਹੁੰਚ ਕੀਤੀ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਕਿ ਹਾਂ ਮੈਂ ਸਾਰਾ ਕੁਝ ਕਰਾ ਦੂੰਗੀ ਪਰ ਜਾਣਾ ਪੈਣਾ ਫਤਿਹਗੜ ਪੰਚਤੂਰ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਫਿਰ ਉਹਨੂੰ ਨਾਲ ਰਾ ਕੇ ਸਾਰੀ ਗੱਲ ਖੋਲ ਕੇ ਫਤਿਹਗੜ ਪੰਸਤੂਰ ਜਿਹੜਾ ਉਹ ਸੀਗਾ ਨਾਂ ਉਸ ਹਸਪਤਾਲ ਦਾ ਸੀ ਗੁਰੂ ਰਾਮਦਾਸ ਹਸਪਤਾਲ ਦੇਖੋ ਕੰਮ ਕਿਹੜੇ ਕਰਦੇ ਆ ਤੇ ਨਾਂ ਗੁਰੂਆਂ ਦੇ ਹਸਪਤਾਲ ਰੱਖੇ ਹੋਏ ਸੋ ਉੱਥੇ ਜਾ ਕੇ ਫਿਰ ਉਹਨਾਂ ਨੇ ਜਿਹੜਾ ਜਾਲ ਬੁਣਿਆ ਸੀ ਉਸ ਜਾਲ ਦੇ ਵਿੱਚ ਫਸਾਲਿਆ ਹਾਲਾਂਕਿ ਜਿਹੜੇ ਉੱਥੇ ਟੈਸਟ ਕਰਦੇ ਸੀਗੇ ਜੋ ਸਕੈਨ ਟੈਸਟ ਕਰਦੇ ਪਏ ਸੀਗੇ ਉਹ ਸਟਾਫ ਵਾਲੇ ਤੇ ਗਏ ਪੱਜ ਪਰ ਉਸ ਹਸਪਤਾਲ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਸਭ ਤੋਂ ਦਿਲਚਸਪ ਗੱਲ ਇਸ ਮਾਮਲੇ ਦੀ ਇਹ ਹੈ ਰਾਜਕਰਨਵੀਰ ਸਿੰਘ ਜੀ ਕਿ ਇਸ ਹਸਪਤਾਲ ਨੇ ਜਨਵਰੀ ਤੋਂ ਲੈ ਕੇ ਫਰਵਰੀ ਤੋਂ ਲੈ ਕੇ ਹੁਣ ਤੱਕ ਜੋ ਰਿਪੋਰਟ ਦਿੱਤੀ ਹੈ ਸਿਹਤ ਵਿਭਾਗ ਨੂੰ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਸਾਡਾ ਤੇ ਸਕੈਨ ਹੈ ਜਿਹੜਾ ਚੱਲਦਾ ਹੀ ਨਹੀਂ ਅਲਟਰਾਸਾਉਂਡ ਸਕੈਨ ਹੈ ਜਿਹੜਾ ਕੰਮ ਹੀ ਨਹੀਂ ਕਰਦਾ ਬੰਦ ਪਿਆ ਜਦ ਕਿ ਉੱਥੇ ਟੈਸਟ ਹੋ ਰਹੇ ਸੀ ਬਕਾਇਦਾ 25-25000 ਰੁਪਿਆ ਲੈ ਕੇ ਨਜਾਇਜ਼ ਟੈਸਟ ਹੋ ਰਹੀ ਸੀਗੇ ਭਰੂਣ ਦੇ ਲਿੰਗ ਟੈਸਟ ਕੀਤੇ ਜਾ ਰਹੇ ਸੀਗੇ ਸੋ ਇਹ ਇੱਕ ਬਹੁਤ ਵੱਡੀ ਨਮੋਸ਼ੀ ਹੈ ਪੰਜਾਬ ਲਈ ਨਮੋਸ਼ੀ ਕਿਉਂ ਆ ਕਿ ਕਿਉਂਕਿ ਆ ਦੇਖੋ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ 5-7 ਨਜਾਇਜ਼ ਟੈਸਟ ਕਰਦੇ ਸੈਂਟਰ ਫੜੇ ਗਏ ਜਿਨ੍ਹਾਂ ਤੇ ਆ ਕੇ ਹਰਿਆਣਾ ਜਾਂ ਰਾਜਸਥਾਨ ਪੁਲਿਸ ਜਾਂ ਉਹਨਾਂ ਦੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਆ ਸਾਡੇ ਇੱਥੇ ਕਹਿੰਦੇ ਆ ਕਿ 나ੜ ਨੂੰ ਅੱਗੇ ਨਾ ਲਾਇਓ ਨੀ ਤੇ ਉਪਗ੍ਰਹਿ ਰਹੀ ਪਤਾ ਲੱਗ ਜੂਗਾ ਕਿਹੜੇ ਜ਼ਿਮੀਂਦਾਰ ਨੇ ਕਿਹੜੇ ਕਿਸਾਨ ਨੇ ਅੱਗ ਲਾਈ ਆ ਨਾਲ ਦੀ ਨਾਲ ਜੁਰਮਾਨਾ ਕਰ ਦਿਆਂਗੇ ਹੁਣ ਪਤਾ ਨਹੀਂ ਜਾਂ ਤੇ ਇਹਨਾਂ ਨੇ ਸਾਰੇ ਉਪਗ੍ਰਹਿ ਜਿਹੜੇ ਉਹ ਕਣਕਾਂ ਦੇ ਵੱਡਾਂ 'ਚ ਫਿੱਟ ਕਰ ਦਿੱਤੇ ਆ ਤੇ ਇਹਨਾਂ ਦੇ ਕੋਈ ਵੀ ਉਪਗ੍ਰਹਿ ਦੂਜੇ ਪਾਸੇ ਕੰਮ ਹੀ ਨਹੀਂ ਕਰਦੇ ਪਏ ਤੇ ਜਾਂ ਇਹ ਆਪ ਹੀ ਐਡੇ ਭੰਦੂ ਹੋਏ ਪਿਆ ਕਿ ਠਾਣਿਆਂ ਤੇ ਲੱਗੇ ਵੀ ਇਸ ਤਰ੍ਹਾਂ ਦੇ ਸੈਂਟਰ ਚੱਲੀ ਜਾਂਦੇ ਆ ਜਿਹੜੇ ਪ੍ਰਸ਼ਾਸਨਿਕ ਅਦਾਰੇ ਜਿਨ੍ਹਾਂ ਦੇ ਵਿੱਚ ਸੈਕਟਰੀਏਟ ਹੁੰਦੇ ਆ ਡੀਸੀ ਦਫ਼ਤਰ ਹੁੰਦੇ ਆ ਉਹਨਾਂ ਦੇ ਲੱਗੇ ਵੀ ਇਸ ਤਰ੍ਹਾਂ ਦੇ ਸੈਂਟਰ ਚੱਲੀ ਜਾਂਦੇ ਆ ਸੋ ਪਤਾ ਹੀ ਕੁ ਨਹੀਂ ਲੱਗਦਾ ਇਹਨਾਂ ਨੂੰ ਹਰਿਆਣੇ ਵਾਲੇ ਨੂੰ ਪਤਾ ਨਹੀਂ ਕਿਹੜਾ ਉਹ ਅਪਗ੍ਰੇਡ ਜਾ ਕੇ ਦੱਸ ਦਿੰਦਾ ਉਹ ਆਉਂਦੇ ਆ ਤੇ ਐ ਟਿਕਾਣੇ ਤੇ ਆ ਕੇ ਸੱਟ ਮਾਰਦੇ ਆ ਜਿੱਥੋਂ ਵੀ ਉਹ ਛਾਪੇਮਾਰੀ ਕਰਦੇ ਆ ਕੁਛ ਨਾ ਕੁਛ ਕੱਢ ਕੇ ਲੈ ਜਾਂਦੇ ਆ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਥੋਂ ਤੱਕ ਆਖਿਆ ਸੀ ਉਹਨੇ ਆਖਿਆ ਸੀ ਆਪਦੇ ਸਟੇਟ ਦੇ ਵਿੱਚ ਰੇਸ਼ੋ ਵੀ ਵਧਾ ਲਈ ਆ ਅਸੀਂ ਧੀਆਂ ਲਈ ਬਹੁਤ ਕੰਮ ਕਰਦੇ ਪਏ ਆ ਪਰ ਆ ਜਿਹੜਾ ਪੰਜਾਬ ਸਾਡਾ ਬੇੜਾਗਰਕ ਕਰੀ ਜਾਂਦਾ ਲੋਕ ਸਾਡੇ ਇੱਥੋਂ ਆ ਜਾਂਦੇ ਆ ਔਰ ਆ ਕੇ ਪੰਜਾਬ ਦੇ ਵਿੱਚ ਆਪ ਦਾ ਕੰਮ ਕਰਕੇ ਵਾਪਸ ਆ ਜਾਂਦੇ ਅਸੀਂ ਕੀ ਕਰੀਏ ਜੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀਗਾ ਪਰ ਬਿਆਨ ਨਾਲ ਕੀ ਨੁਕਸਾਨ ਹੋਣਾ ਜਦੋਂ ਕੁਝ ਕਰਨਾ ਹੀ ਨਹੀਂ ਸੋ ਇੱਥੇ ਇਹ ਹਾਲ ਬਣਿਆ ਪਿਆ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਆ ਕੇ ਲੋਕ ਇਹੋ ਜਿਹੇ ਕੰਮ ਕਰਾਈ ਜਾਂਦੇ ਆ ਇਹ ਰੋਕਣ ਦੀ ਜ਼ਰੂਰਤ ਹੈ ਕਿਉਂਕਿ ਇਹਦੇ ਨਾਲ ਨਾ ਸਿਰਫ ਧੀਆਂ ਦੇ ਖਤਰਾ ਹੈ ਬਲਕਿ ਸਾਡੀ ਇੱਜ਼ਤ ਸਾਡੇ ਵਕਾਰ ਲਈ ਵੀ ਇੱਕ ਬਹੁਤ ਵੱਡਾ ਮੈਂ ਕਹਾਂਗਾ ਕਲੰਕਿਆ ਜੀ 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 ਤੇ ਅਗਲੇ ਆਪਾਂ ਜਿਹੜੇ ਜੀ ਗੱਲਬਾਤ ਵਾਧਦੇ ਆ ਤੇ ਪੰਜਾਬ ਵਿੱਚ ਇੱਕੋ ਦਿਨ ਦੋ ਥਾਈਂ ਤੇ ਬੇਦਬੀ ਹੋਈ ਆ ਤੇ ਦੇਖੋ ਰਾਜਕਰਨ ਵੀਰ ਸਿੰਘ ਜੀ ਇਹ ਜਿਹੜਾ ਬੇਅਦਬੀਆਂ ਵਾਲਾ ਸਿਲਸਿਲਾ ਹੈ ਇਸ ਸਿਲਸਿਲੇ ਨੂੰ ਰੋਕਣ ਦਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਸਿਆਸਤ ਜਿਹੜੀ ਹੈ ਉਹ ਸੱਤਾ ਤੱਕ ਪਹੁੰਚਾਈ ਆ ਜੀ ਅੱਜ ਕੈਪਟਨ ਅਮਰਿੰਦਰ ਸਿੰਘ ਕਦੇ ਮੈਂ ਵੇਖਿਆ ਨਹੀਂ ਖੰਡਨ ਵੀ ਕਰੇ ਇਹਨਾਂ ਚੀਜ਼ਾਂ ਦਾ ਜੀ ਕਦੇ ਇਹ ਵੀ ਕਵੇ ਕਿ ਬਹੁਤ ਮਾੜਾ ਵਾਪਰਿਆ ਬਹੁਤ ਮੰਦਪਾਗਾ ਹੋਇਆ ਪਈ ਕਦੇ ਨਹੀਂ ਕੋਈ ਪ੍ਰੈਸ ਨੋਟ ਵੀ ਨਹੀਂ ਜਾਰੀ ਕੀਤਾ ਗਿਆ ਸਰਕਾਰ ਵੱਲੋਂ ਕਿ ਭਾਈ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਪਈਆਂ ਸਰਕਾਰ ਇਹਦੇ ਤੇ ਬਹੁਤ ਚਿੰਤਾ ਪ੍ਰਗਟ ਕਰਦੀ ਹੈ ਵਾਅਦਾ ਕਰਦੀ ਹੈ ਤੁਹਾਡੇ ਨਾਲ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਇਹਨਾਂ ਘਟਨਾਵਾਂ ਨੂੰ ਠੱਲ ਪਾਵਾਂਗੇ ਜੀ ਜੇ ਤੁਸੀਂ ਠੱਲ ਨਹੀਂ ਪਾ ਸਕਦੇ ਤੇ ਫਿਰ ਤੁਸੀਂ ਅਕਾਲੀ ਭਾਜਪਾ ਸਰਕਾਰ ਨੂੰ ਕਿਉਂ ਪੰਡਦੇ ਸੀ ਤੇ ਇੱਥੋਂ ਤੱਕ ਪੰਡਦੇ ਸੀ ਕਿ ਸਾਰਾ ਕੁਝ ਕਰਦੇ ਕਰਾਉਂਦੇ ਆਪ ਪਿਆ ਹੁਣ ਸਦਿੱਤियां ਬਦਲ ਗਿਆ ਹੁਣ ਤੁਸੀਂ ਰਾਜ ਦੇ ਵਿੱਚੋਂ ਹੁਣ ਤੁਸੀਂ ਸਰਕਾਰ ਦੇ ਵਿੱਚੋਂ ਹੁਣ ਤੁਸੀਂ ਇਹਨਾਂ ਮੁੱਦਿਆਂ ਤੇ ਬੋਲਦੇ ਹੀ ਨਹੀਂ ਇਹ ਤੁਹਾਡੀ ਚੁੱਪ ਕੀ ਹੈ ਕੀ ਹੁਣ ਇਹ ਸਮਝਿਆ ਜਾਵੇ ਕਿ ਹੁਣ ਸਾਰਾ ਕੁਝ ਤੁਸੀਂ ਕਰਾਉਂਦੇ ਹੋ ਕਿਉਂਕਿ ਅੱਗੇ ਜਿਹੜੇ ਸਰਕਾਰ ਤੇ ਇਲਜ਼ਾਮ ਲਾ ਦਿੰਦੇ ਸੀ ਹੁਣ ਤੁਸੀਂ ਚੁੱਪ ਬੱਟ ਜਾਨੇ ਹੋ ਤੇ ਹੁਣ ਲੋਕੀ ਕੀ ਸਮਝਣ ਕਿ ਸਾਰਾ ਕੁਝ ਸਰਕਾਰ ਕਰਾਉਂਦੀ ਪਈ ਆ ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਅੱਜ ਮੱਲਾਂਵਾਲਾ ਕਸਬਾ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੇਅਦਬੀ ਉੱਥੇ ਹੋਈ ਹੈ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸੁਖਮਨੀ ਸਾਹਿਬ ਦਾ ਗੁਟਕਾ ਪਾੜ ਕੇ ਸੁੱਟ ਗਿਆ ਫਿਰ ਇੱਕ ਘਟਨਾ ਤਰਨਤਾਰਨ ਦੇ ਨਿਸ਼ਹਿਰਾ ਦੇ ਵਿੱਚ ਹੋਈ ਹੈ ਉੱਥੇ ਉਦੋਂ ਵੀ ਮੰਦਭਾਗੀ ਆ ਮੰਦਭਾਗੀ ਇਸ ਕਰਕੇ ਆ ਕਿਉਂਕਿ ਉਸ ਪਿੰਡ ਦੇ ਵਿੱਚੋਂ ਇੱਕ ਗ੍ਰੰਥੀ ਕੱਢਿਆ ਸੀ ਨਵਾਂ ਗ੍ਰੰਥੀ ਉਹਦੀ ਥਾਂ ਤੇ ਰੱਖ ਲਿਆ ਪਿੰਡ ਵਾਲਿਆਂ ਉਸ ਗ੍ਰੰਥੀ ਨੇ ਦੂਜਾ ਨਵਾਂ ਗ੍ਰੰਥੀ ਫਸਾਉਣ ਲਈ ਇਹ ਕੰਮ ਕਰ ਦਿੱਤਾ ਸੋ ਗੁਰੂ ਦੀ ਵੀ ਅਤਿ ਵੀ ਕਰ ਦਿੱਤੀ ਜਿਸ ਗੁਰੂ ਘਰ ਦੇ ਵਿੱਚੋਂ ਉਹ ਰੋਜੀ ਰੋਟੀ ਖਾਂਦਾ ਜਿੱਥੋਂ ਆਪਦੇ ਬੱਚੇ ਪਾਲਦਾ ਉਸ ਗੁਰੂ ਘਰ ਦੇ ਨਾਲ ਹੀ ਉਹਨੇ ਇਸ ਸਿਰਫ ਕਿੱਢ ਦੇ ਕਰਕੇ ਧੋਖਾ ਕਰ ਦਿੱਤਾ ਕਿ ਉਹਦੀ ਥਾਂ ਤੇ ਕੋਈ ਗਰੰਥੀ ਫੋਲ ਰੱਖ ਲਿਆ ਸੋ ਜਦੋਂ ਇਸ ਤਰ੍ਹਾਂ ਦੇ ਲੋਕ ਸਾਡੇ ਵਿੱਚ ਤੁਰੇ ਫਿਰਦੇ ਆ ਜਿਨ੍ਹਾਂ ਦੀ ਮਾਨਸਿਕਤਾ ਇਸ ਕਦਰ ਗਿਰ ਗਈ ਆ ਕਿ ਉਹ ਆਪਣੇ ਗੁਰੂ ਦਾ ਹੀ ਨਰਾਦਰ ਕਰਨ ਲਈ ਇੱਥੋਂ ਤੱਕ ਚਲੇ ਜਾਂਦੇ ਆ ਇਹ ਵੀ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਗੁਰੂ ਘਰ ਦੇ ਵਜ਼ੀਰ ਕਿਹਾ ਜਾਂਦਾ ਤਾਂ ਫਿਰ ਇਹਨਾਂ ਘਟਨਾਵਾਂ ਦਾ ਰਾਜਕਰਨ ਵੀਰ ਸਿੰਘ ਜੀ ਦੁਬਾਰਾ ਅੰਕਲਨ ਕਰਨਾ ਪਵੇਗਾ ਤੁਹਾਨੂੰ ਦੁਬਾਰਾ ਹੱਲ ਖੋਜਨੇ ਪੈਣਗੇ ਕੋਈ ਸਹਿਮਤੀ ਬਣਾਉਣੀ ਪਊਗੀ ਕੋਈ ਪ੍ਰੋਗਰਾਮ ਲਿਖਣਾ ਪਊਗਾ ਕੋਈ ਪੁਲਿਸ ਦੀਆਂ ਜ਼ਿੰਮੇਵਾਰੀਆਂ ਨਿਰਧਾਰਤ ਕਰਨੀਆਂ ਪੈਣਗੀਆਂ ਕੁਝ ਪੰਚਾਇਤਾਂ ਦੀਆਂ ਜ਼ਿੰਮੇਵਾਰੀਆਂ ਨਿਰਧਾਰਤ ਕਰਨੀਆਂ ਪੈਣਗੀਆਂ ਕੁਝ ਨਾ ਕੁਝ ਐਸਜੀਪੀਸੀ ਨੂੰ ਵੀ ਡੱਡਾ ਭੋਰਨਾ ਪਊਗਾ ਯਾਨੀ ਕੁੱਲ ਮਿਲਾ ਕੇ ਇਹ ਵਕਤ ਹੈ ਸਿਰ ਜੋੜ ਕੇ ਸਾਰੇ ਬੈਠਣ ਇਦੇ ਹੱਲ ਖੋਜਣ ਇਹਦੇ ਹੱਲ ਖੋਜਣ ਦੇ ਨਾਲ-ਨਾਲ ਇਹਨਾਂ ਨੂੰ ਇੰਪਲੀਮੈਂਟ ਵੀ ਕਰਨ ਜਿਹੜੇ ਫੈਸਲੇ ਲੈਣੇ ਆ ਲੈਣੇ ਤੁਹਾਨੂੰ ਤਤਫਟ ਪੈਣਗੇ ਨਹੀਂ ਤੇ ਫਿਰ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਆ ਕੋਈ ਡੂੰਗਾ ਸੰਕਟ ਵੀ ਪੈਦਾ ਕਰ ਸਕਦੀ ਜਿਹਦੀ ਅਸੀਂ ਕਾਮਨਾ ਕਰਦੇ ਕਿ ਇਹੋ ਜਿਹਾ ਡੂੰਗਾ ਸੰਕਟ ਕਦੇ ਕਾ ਅੱਗੇ ਪੈਦਾ ਨਾ ਹੋਵੇ ਨਾ ਹੋਵੇ ਜੀ ਜੀ ਮਿੰਟੂ ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਉਸਾਰ ਦੇ ਵਿੱਚ ਜਾਣਕਾਰੀ ਦਿੱਤੀਆਂ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਤੇ ਸ੍ਰੋਤਿ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਗੀ ਜਹੀ ਸਤਿ ਸ੍ਰੀ ਅਕਾਲ ਯੂਨੀਵਰਸਿਟੀ ਰਹੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ